ਪਰ ਸਤ ਸੰਗਤ ਦੇ ਵਿੱਚ ਆ ਕੇ ਇਸ ਨੂੰ ਕਈ ਕਰਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਐਸੇ ਕੰਮ ਨਾ ਕਰੀ ਜਿਹੜੇ ਕੰਮ ਤੈਨੂੰ ਪ੍ਰਮਾਤਮਾ ਤੋਂ ਦੂਰ ਲੈ ਜਾਣ ਐਸੇ ਕਰਮ ਜ਼ਿੰਦਗੀ ਵਿੱਚ ਨਾ ਕਰੀ ਐਸੇ ਬੀਜ ਨਾ ਬੀਜੀ ਜਿਹੜੇ ਬੀਜ ਤੇਰੀ ਜ਼ਿੰਦਗੀ ਨੂੰ ਦੁੱਖ ਮਹੀਂ ਕਰ ਦੇਣ ਸੰਤਾਪ ਮਹੀਂ ਕਰ ਦੇਣ ਵਾਰ-ਵਾਰ ਜ਼ਿੰਦਗੀ ਦੇ ਵਿੱਚ ਆਨੰਦ ਜਾਂਦਾ ਰਹੇ ਐਸਾ ਜ਼ਿੰਦਗੀ ਵਿੱਚ ਕਰਮ ਨਾ ਕਰੀ ਇਹ ਗੱਲਾਂ ਦੀ ਸੋਝੀ ਅਤੇ ਸਮਝ ਮਨੁੱਖ ਨੂੰ ਸਤ ਸੰਗਤ ਵਿੱਚੋਂ ਮਿਲਦੀ ਹੈ ਜਦੋਂ ਮਨੁੱਖ ਸਤ ਸੰਗਤ ਵਿੱਚ ਆਉਂਦਾ ਹੈ ਫਿਰ ਇਸ ਦੇ ਅੰਦਰ ਇੱਕ ਉਮਾਹ ਹੀ ਪੈਦਾ ਹੁੰਦਾ ਹੈ ਉਮਾਹਾ ਪੈਦਾ ਹੁੰਦਾ ਹੈ ਇਸ ਦੇ ਅੰਦਰ ਕਹਦਾ ਪ੍ਰਮਾਤਮਾ ਨੂੰ ਮਿਲਣ ਦਾ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਚੇਤ ਦੇ ਮਹੀਨੇ ਤੋਂ ਪਹਿਲਾ ਹੀ ਮਹੀਨਾ ਉਹਦੇ ਤੋਂ ਉਪਦੇਸ਼ ਲੈਂਦੇ ਨੇ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ ਚੇਤ ਗੋਬਿੰਦ ਅਰਾਧਿਆ ਹੋਏਗਾ ਕੀ ਚਲੋ ਜੀ ਗੋਬਿੰਦ ਨੂੰ ਤੇ ਅਰਾਧ ਲਵਾਂਗੇ ਗੋਬਿੰਦ ਨੂੰ ਅਗਰ ਅਰਾਧਾਂਗੇ ਅਗਰ ਪ੍ਰਮਾਤਮਾ ਦਾ ਨਾਮ ਲਵਾਂਗੇ ਫਿਰ ਮਿਲੇਗਾ ਕੀ ਮਾਰੇ ਹੋਵੇ ਆਨੰਦ ਘਣਾ ਜਿਆਦਾ ਆਨੰਦ ਹੋਏਗਾ ਜੇ ਗੋਬਿੰਦ ਨੂੰ ਅਰਾਧਾਂਗੇ ਉਸ ਪਰਮਾਤਮਾ ਦੀ ਬੰਦਗੀ ਕਰਾਂਗੇ ਆਨੰਦ ਪੈਦਾ ਹੋਏਗਾ ਸੁਖ ਪੈਦਾ ਹੋਏਗਾ ਸ਼ਾਂਤੀ ਪੈਦਾ ਹੋਏਗੀ ਮਨੁੱਖ ਜੋ ਵੀ ਅੱਜ ਮੰਗਾ ਕਰਦਾ ਹੈ ਕਿਉਂਕਿ ਮੰਗਾ ਐਸਾ ਸਾਗਰ ਹੈ ਜਿਹੜਾ ਨਾ ਰੁਕਣ ਵਾਲੀ ਨਦੀ ਹੈ ਮੰਗ ਮੰਗਾ ਵਾਰ-ਵਾਰ ਉੱਠਦੀਆਂ ਰਹਿੰਦੀਆਂ ਨੇ ਔਰ ਇੱਕ ਮੈਂ ਕਈ ਵਾਰੀ ਬੇਨਤੀ ਕੀਤੀ ਸਾਥ ਸੰਗਤ ਜੋ ਮੰਗ ਮਨੁੱਖ ਦੀ ਅੱਜ ਹੈ ਜੇ ਇਹ ਕੱਲ ਨੂੰ ਪੂਰੀ ਹੋ ਜਾਏਗੀ ਜਦੋਂ ਹੀ ਪੂਰੀ ਹੋਏਗੀ ਉਦੋਂ ਉਸ ਦੇ ਵਿੱਚੋਂ ਆਸਕਤੀ ਘਟਣੀ ਸ਼ੁਰੂ ਹੋ ਜਾਏਗੀ ਜਿਹੜੀ ਚੀਜ਼ ਅੱਜ ਮਿਲ ਗਈ ਜਿਵੇਂ ਮਨੁੱਖ ਦੀ ਜਦੋਂ ਤਈ ਜੀਵਨ ਨਹੀਂ ਸੀ ਨਾ ਮਿਲਿਆ ਦੂਜੀਆਂ ਜੁਨਾਂ ਵਿੱਚ ਸੀ ਇਹ ਪ੍ਰਮਾਤਮਾ ਨੂੰ ਕਹਿੰਦਾ ਸੀ ਪ੍ਰਮਾਤਮਾ ਜੀਵਨ ਦੇ ਦੇ ਜੀਵਨ ਮਿਲਿਆ ਇਸ ਨੂੰ ਇਸ ਨੂੰ ਯਾਦ ਨਹੀਂ ਹੈ ਇਤਨਾ ਗੰਭੀਰ ਇਹ ਨਹੀਂ ਜਾਂਦਾ बड़े मनुख ऐसे ਨੇ ਜਿਹੜੇ ਬੰਦਗੀ ਕਰ ਕਰਕੇ ਆਪਣੇ ਪਿਛਲੇ ਜਨਮਾਂ ਦੀ ਗੱਲ ਵੀ ਕਰ ਲੈਂਦੇ ਨੇ ਮਹਾਤਮਾ ਬੁੱਧ ਨੇ ਆਪਣੇ ਪਿਛਲੇ ਜਨਮ ਦੀ ਮਾਂ ਦਾ ਵੀ ਨਾਮ ਲਿਖਿਆ ਉਹਦੀ ਮਾਂ ਕਿਹੜੀ ਸੀ ਉਹਦਾ ਵੀ ਨਾਮ ਲਿਖਿਆ ਇੱਕ ਸਮਸਤ ਵਰੇਜ ਫਕੀਰ ਹੋਇਆ ਉਸ ਨੇ 9 ਜਨਮ ਕਿੱਥੇ ਕਿੱਥੇ ਲਏ ਨੇ ਕਿਹੜੀ ਕਿਹੜੀ ਮਾਂ ਸੀ ਕਿਹੜੇ ਕਿਹੜੇ ਭੈਣ ਭਰਾ ਸੀ ਉਹਨਾਂ ਦਾ ਵੀ ਨਾਮ ਲਿਖਿਆ ਇਸ ਕਰਕੇ ਜਿਸ ਦਿਨ ਮਨੁੱਖ ਨੂੰ ਆਪਣਾ ਪਛੋਕੜ ਪਤਾ ਲੱਗ ਜਾਂਦਾ ਹੈ ਫਿਰ ਅੱਗੇ ਠੀਕ ਹੋ ਕੇ ਚੱਲਦਾ ਹੈ ਜਿਸ ਦਿਨ ਮਨੁੱਖ ਨੂੰ ਇਹ ਦੁਨੀਆਵੀ ਪਦਾਰਥਾਂ ਤੋਂ ਵਿਰਾਗ ਪੈਦਾ ਹੋ ਜਾਏਗਾ ਉਸ ਦਿਨ ਪਰਮਾਤਮਾ ਦੇ ਪ੍ਰਤੀ પ્રેમ ਪੈਦਾ ਹੋ ਜਾਏਗਾ ਔਰ ਵਿਰਾਗ ਦਾ ਕੀ ਮਤਲਬ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਅਸਲੀਅਤ ਪਤਾ ਲੱਗ ਜਾਣੀ ਜਿਵੇਂ ਇੱਕ ਬੱਚਾ ਹੈ बार-बार ਅੱਗ ਨੂੰ ਫੜਨ ਦੀ ਕੋਸ਼ਿਸ਼ ਕਰਦਾ ਮਾਂ ਡੱਕਦੀ ਹੈ ਉਦੋਂ ਹੀ ਡੱਕਿਆ ਰਹਿੰਦਾ ਹੈ ਇਹ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਥੋੜਾ ਜਿਹਾ ਵੱਡਾ ਹੁੰਦਾ ਹੈ ਸਮਝ ਲੱਗ ਜਾਂਦੀ ਹੈ ਇਹ ਅੱਗ ਐ ਮਨ ਨੂੰ ਸਾੜ ਦੇਗੀ ਜਦੋਂ ਅੱਗ ਦੀ ਅਸਲੀਅਤ ਪਤਾ ਲੱਗੀ ਮਨੁੱਖ ਨਹੀਂ ਜਾਏਗਾ ਉਸ ਜਿਸ ਦਿਨ ਮਨੁੱਖ ਨੂੰ ਪਤਾ ਲੱਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਕੁਝ ਵੀ ਇਹ ਮੰਗ ਰਿਹਾ ਹੈ ਜੋ ਕੁਝ ਵੀ ਇਹ ਸੁੱਖ ਮੰਗ ਰਿਹਾ ਹੈ ਇਹਨਾਂ ਸੁੱਖਾਂ ਦੇ ਵਿੱਚ ਕਿੰਨਾ ਦੁੱਖ ਛੁਪਿਆ ਹੋਇਆ ਹੈ ਜਿਸ ਦਿਨ ਨੂੰ ਪਤਾ ਲੱਗ ਜਾਏਗਾ ਇਹ ਨਹੀਂ ਮੰਗੇਗਾ ਇਹ ਕੀ ਗੱਲ ਹੈ ਮੰਗੇਗਾ ਕੀ ਪ੍ਰਮਾਤਮਾ ਦਾ ਨਾਮ ਉਹਦਾ ਰਸ ਜਿਵੇਂ ਜਿਵੇਂ ਪ੍ਰਮਾਤਮਾ ਦਾ ਰਸ ਮਨੁੱਖ ਨੂੰ ਲੱਗਦਾ ਹੈ ਉਹ ਰੋਜ਼ ਰੋਜ਼ ਵੱਧਦਾ ਜਾਂਦਾ ਹੈ ਕਿਉਂਕਿ ਰੋਜ਼ ਰੋਜ਼ ਸਮਝ ਵੱਧਦੀ ਹੈ ਸਮਝ ਦਾ ਵਧਣਾ ਹੀ ਉਹਦਾ ਰਸ ਹੈ ਇੱਕ ਦਿਨ ਸਮਝ ਦਾ ਸਮਝਦਾ ਮਨੁੱਖ ਨਾ ਸਮਝ ਹੀ ਹੋ ਜਾਂਦਾ ਹੈ ਅਸਮਝ ਹੋ ਜਾਂਦਾ ਹੈ ਸਮਝੇ ਸਮਝ ਕੇ ਇਹ ਕਹਿ ਦਿੰਦਾ ਹੈ ਉਹ ਸਮਝਿਆ ਨਹੀਂ ਜਾਣਾ ਕਿਉਂਕਿ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਤ ਇਸ ਨੂੰ ਪਤਾ ਲੱਗ ਜਾਣਾ ਉਹ ਪਰਮਾਤਮਾ ਉੱਚਾ ਅਗਮ ਅਪਾਰ ਮੇਰੇ ਕਥਨ ਦੇ ਵਿੱਚ ਉਹ ਨਹੀਂ ਆਉਣਾ ਜਿਸ ਦਿਨ ਪਰਮਾਤਮਾ ਬਾਰੇ ਪਤਾ ਲੱਗ ਗਿਆ ਮਨੁੱਖ ਦੀ ਜ਼ਿੰਦਗੀ ਆਨੰਦਮਈ ਹੋ ਜਾਏਗੀ ਪਰ ਮਹਾਰਾਜ ਕਹਿੰਦੇ ਨੇ ਆਪਣੇ ਕਿਰਤ ਤੇ ਕਰਮਾਂ ਦਾ ਵਿਛੜਿਆ ਹੋਇਆ ਮਨੁੱਖ ਬਾਰ-ਬਾਰ ਪਰਮਾਤਮਾ ਤੋਂ ਟੁੱਟਦਾ ਰਹਿੰਦਾ ਹੈ ਇਸ ਕਰਕੇ ਸਤ ਸੰਗਤ ਵਿੱਚ ਆ ਕੇ ਮਨੁੱਖ ਨੂੰ ਪ੍ਰਮਾਤਮਾ ਦੇ ਬਾਰੇ ਪਤਾ ਲੱਗਦਾ ਹੈ ਉਹ ਕੌਣ ਹੈ ਕਿੱਥੇ ਰਹਿੰਦਾ ਹੈ ਉਹਦਾ ਟਿਕਾਣਾ ਕੀ ਹੈ ਜਿਸ ਦਿਨ ਉਸ ਦੇ ਬਾਰੇ ਪਤਾ ਲੱਗਦਾ ਹੈ ਮਨੁੱਖ ਦੀ ਜ਼ਿੰਦਗੀ ਆਨੰਦਮਈ ਹੋ ਜਾਂਦੀ ਹੈ ਉਸ ਨੂੰ ਮਿਲਣ ਦੇ ਲਈ ਇਹ ਜੀਵ ਆਤਮਾ ਉਸ ਪ੍ਰਮਾਤਮਾ ਦੇ ਵਿੱਚ ਅਪੇਧ ਹੋ ਸਕੇ ਜੋ ਇਸ ਦੇ ਨਾਲ ਹੀ ਰਹਿੰਦਾ ਹੈ ਦੂਰ ਨਹੀਂ ਰਹਿੰਦਾ ਨਾਲ ਹੀ ਹੈ ਜੇ ਕਿਤੇ ਦੂਰ ਹੁੰਦਾ ਫਿਰ ਉਹ ਸਾਡੀਆਂ ਅਰਦਾਸਾਂ ਕਿਵੇਂ ਉਹਨੇ ਸੁਣਨੀਆਂ ਸੀ ਮਨੁੱਖ ਦੀ ਬੇਨਤੀ ਉਸਨੇ ਕਿਵੇਂ ਸੁਣਨੀ ਸੀ ਉਹ ਤੇ ਨਾਲ ਹੈ ਕਹੋ ਨਾਨਕ ਤਿਹ ਜਾਨੀ ਐ ਸਦਾ ਵਸਤ ਤੁਮ ਸਾਥ ਤੇਰੇ ਨਾਲ ਵਸਦਾ ਹੈ ਹਮੇਸ਼ਾ ਤੇਰੇ ਨਾਲ ਹੈ ਜਿਹੜਾ ਡਰਾਂ ਨੂੰ ਦੂਰ ਕਰਦਾ ਪਾਪੀਆਂ ਦਾ ਪਾਰ ਉਤਾਰਾ ਕਰਦਾ ਦੂਰ ਨਹੀਂ ਹੈ ਤੇਰੇ ਨਾਲ ਹੈ ਸੋ ਸਤਗੁਰੂ ਪਿਆਰਾ ਮੇਰੇ ਨਾਲ ਹੈ ਤੇਰੇ ਨਾਲ ਹੈ ਤਾਂ ਹੀ ਕਰਕੇ ਤੇ ਇੱਕ ਇੱਕ ਚੀਜ਼ ਮਨੁੱਖ ਦੀ ਉਹ ਨੋਟ ਕਰ ਲੈਂਦਾ ਤੇਰੇ ਨਾਲ ਹੀ ਪ੍ਰਮਾਤਮਾ ਹੈ ਸਿਰਫ ਉਹਨੂੰ ਪ੍ਰਾਪਤ ਕਰਨਾ ਹੈ ਉਹ ਕਿਵੇਂ ਹੋਏਗਾ ਸਤ ਸੰਗਤ ਵਿੱਚ ਆ ਕੇ ਬੈਠਣਾ ਇਹ ਪਹਿਲਾ ਕਦਮ ਹੈ ਪ੍ਰਮਾਤਮਾ ਚਲੋ ਪਹਿਲਾ ਕਦਮ ਰਖਵਾਏਗਾ ਇੱਥੇ ਆ ਕੇ ਉਹਦੇ ਬਾਰੇ ਪਤਾ ਲੱਗੇਗਾ ਜ਼ਿੰਦਗੀ ਦੇ ਬਾਰੇ ਪਤਾ ਲੱਗੇਗਾ ਮੈਂ ਜ਼ਿੰਦਗੀ 'ਚ ਕਰਨਾ ਕੀ ਹੈ ਕਿਉਂਕਿ ਜ਼ਿੰਦਗੀ ਮੈਨੂੰ ਮਿਲੀ ਹੈ ਮੇਰੇ ਪਰਮ ਤੇ ਭੈ ਡੂਰ ਦੂਰ ਹੋ ਜਾਣ। ਔਰ ਮਨੁੱਖ ਦੇ ਜਿਹੜੇ ਭੈ ਦੋ ਹੀ ਪ੍ਰਕਾਰ ਦੇ ਨੇ ਇੱਕ ਰਿਜਕ ਦਾ ਡਰ ਇੱਕ ਮੌਤ ਦਾ ਡਰ। ਕਮਾਲ ਦੀ ਗੱਲ ਤੇ ਇਹ ਹੈ। ਮਨੁੱਖ ਡਰ ਵਿੱਚ ਜਿਉਂਦਾ ਹੈ ਰਿਜਕ ਦੇ ਪੰਛੀ ਨਹੀਂ ਜਿਉਂਦੇ। ਕਦੇ ਪੰਛੀਆਂ ਨੂੰ ਰੋਂਦਾ ਵੇਖਿਆ ਮੇਰੇ ਕੋਲ ਰਿਜਕ ਘਟ ਹੈ ਕਿਸੇ ਪੰਛੀ ਨੇ ਨਾ ਉਹਨਾਂ ਕੋਲ ਕੋਈ ਭੰਡਾਰਨ ਹੈ। ਨਾ ਉਹਨਾਂ ਨੇ ਜਮਾ ਕੀਤਾ ਹੋਇਆ ਰਾਸ਼ਨ ਰੋਂਦੇ ਨਹੀਂ। ਕਿਉਂ? ਪਰੰਦੇ ਨਾ ਗਿਰਾਹ ਜਰ ਪਰੰਦੇ ਕਦੇ ਰੋਂਦੇ ਨਹੀਂ ਹਨ ਕਿਉਂ ਉਹਨਾਂ ਦੀ ਆਸ ਪ੍ਰਮਾਤਮਾ ਹੈ ਬਾਬਾ ਫਰੀਦ ਸਾਹਿਬ ਜੀ ਨੇ ਵੀ ਕਿਹਾ ਕਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਉਹਨਾਂ ਦੀ ਆਸ ਉਹਨਾਂ ਦੇ ਵਿਸ਼ਵਾਸ ਪ੍ਰਮਾਤਮਾ ਹੈ ਪੰਛੀ ਕਦੇ ਕਿਸੇ ਤੋਂ ਮੰਗਦੇ ਨਹੀਂ ਹਨ ਪੰਛੀ ਪੰਛੀਆਂ ਤੋਂ ਆਸ ਨਹੀਂ ਰੱਖਦੇ ਇੱਕ ਮਨੁੱਖ ਹੈ ਮਨੁੱਖ ਮਨੁੱਖ ਤੋਂ ਆਸ ਰੱਖਦਾ ਹੈ ਇਤਨੇ ਵੱਡੇ ਪਰਮਾਤਮਾ ਨੂੰ ਛੱਡ ਕੇ ਇਹਨੇ ਆਸਾਂ ਮਨੁੱਖਾਂ ਨਾਲ ਬੰਨੀਆਂ ਹੋਈਆਂ ਨੇ ਕਿਸੇ ਨੇ ਆਪਣੇ ਬੱਚਿਆਂ ਨਾਲ ਵੀ ਬੰਨੀ ਹੋਈ ਹੈ ਬੱਚਿਆਂ ਨੇ ਮਾਂ-ਬਾਪ ਨਾਲ ਬੰਨੀ ਹੋਈ ਹੈ ਸੁੱਖ ਕੋਈ ਕਿਸੇ ਨੂੰ ਦੇਗਾ ਨਹੀਂ ਸੁੱਖ ਪਰਮਾਤਮਾ ਨੇ ਸਾਰਿਆਂ ਨੂੰ ਦੇਣਾ ਇਸ ਕਰਕੇ ਮਹਾਰਾਜ ਬਾਣੀ ਜੀ ਕਹਿੰਦੇ ਜਨਨ ਪਿਤਾ ਲੋਕ ਸੁੱਤ ਬਣਿਤਾ ਕੋਏ ਨਾ ਕਿਸ ਕੀ ਧਰਿਆ ਕੋਈ ਕਿਸੇ ਦਾ ਆਸਰਾ ਨਹੀਂ ਹੈ ਜਿਉ ਰਿਜਕ ਦਿੰਦੇ ਨੇ ਰਿਜਕ ਪਰਮਾਤਮਾ ਦਵਾਰੇ ਹੈ ਆਪ ਨਹੀਂ ਮਿਲ ਰਹਾ ਮੈਂ ਬੜੀ ਬੜੀ ਬੇਨਤੀ ਕੀਤੀ ਜਿੰਨਾ ਜਿਹਨੂੰ ਰਿਜਕ ਮਿਲੇ ਐ ਐਸੇ ਮਤ ਸਮਝਣਾ ਇਹਨੇ ਬੁੱਧੀ ਦੇ ਨਾਲ ਕਮਾਇਆ ਰਿਜਕ ਜੋ ਬੁੱਧੀ ਤੇ ਜੋ ਸੁੱਖ ਮਿਲੇ ਨੇ ਇਹ ਦੇ ਕਰਮਾਂ ਦੇ ਨੇ ਕੋਈ ਕਰਮ ਪਿੱਛੇ ਨੇ ਕਮਾਏ ਨੇ ਉਹ ਕਰਮਾਂ ਦੇ ਸੁੱਖ ਮਿਲੇ ਹੋਏ ਨੇ ਕਈ ਵਾਰੀ ਐਸਾ ਹੁੰਦਾ ਹੈ ਕਰਮ ਡਾਊਨ ਹੁੰਦੇ ਨੇ ਸੁੱਖ ਸਾਰੇ ਲੈ ਲੈ ਜਾਂਦੇ ਨੇ ਮਨੋ ਕੋ ਬੜੀ ਬੜੀ ਖੇਚ ਤੂੰੜ ਤੇ ਕਰਦਾ ਹੈ ਮੇਰੇ ਬੱਚੇ ਰਹਿਣ ਬੱਚੇ ਰਹਿਣ ਜਦੋਂ ਕਈ ਵਾਰੀ ਮਾਇਆ ਜਾਂਦੀ ਇੱਕੋ ਦਮ ਹੀ ਚਲੀ ਜਾਂਦੀ ਹੈ ਕਰਾ ਮਿੱਕੋ ਦਮੀ ਢਿੱਕ ਜਾਂਦੇ ਜਦੋਂ ਵੱਧਦੇ ਨੇ ਤੇ ਹੌਲੀ-ਹੌਲੀ ਨੇ ਅੱਜ ਤੇ ਸਾਇੰਸ ਵੀ ਕਹਿੰਦੀ ਐ ਅੱਜ ਦਾ ਵਿਗਿਆਨ ਵੀ ਕਹਿੰਦਾ ਐ ਇਹ ਜਿਹੜੀ ਧਰਤੀ ਬਣੀ ਐ ਪਹਿਲਾਂ ਅੱਗ ਦਾ ਗੋਲਾ ਸੀ ਫਿਰ ਠੰਡੀ ਹੋਈ ਹੌਲੀ-ਹੌਲੀ ਹੌਲੀ-ਹੌਲੀ ਤੇ ਜੀਵ ਆਏ ਨੇ ਐਵੇਂ ਉਹ ਕਹਿੰਦੇ ਨੇ ਇਹਦਾ ਮਤਲਬ ਦੁਨੀਆ ਤੇ ਜਿਹੜੀ ਵੀ ਪ੍ਰਕਿਰਿਆ ਹੁੰਦੀ ਐ ਸਹਿਜਾ ਦੇ ਨਾਲ ਹੁੰਦੀ ਐ ਇਸ ਕਰਕੇ ਮਨੁੱਖ ਨੂੰ ਸਹਿਜ ਵਿੱਚ ਰਹਿਣ ਦਾ ਹਦਾਇਤ ਕੀਤੀ ਗਈ ਹੈ ਮਹਾਰਾਜ ਕਹਿੰਦੇ ਨੇ ਜੇ ਤੂੰ ਪ੍ਰਮਾਤਮਾ ਦਾ ਨਾਮ ਹੀ ਲੈਂਦਾ ਹੈ ਸਹਜ ਤਰਗ ਹਰ ਕਾ ਬਿਲੋਵ ਨਾ ਬਿਲੋਵ ਹੋ ਮੇਰੇ ਭਾਈ ਸਹਜ ਬਿਲੋਵ ਹੋ ਆਰਾਮ ਨਾਲ ਸਹਜਤਾ ਦੇ ਨਾਲ ਬਲੋ ਆਰਾਮ ਨਾਲ ਅੱਜ ਬੰਦਗੀ ਕੀਤੀ ਆ ਇਹ ਮਤ ਸਮਝ ਅੱਜ ਗੁਰਦੁਆਰੇ ਗਿਆ ਅੱਜ ਨਾਮ ਜਪਿਆ ਅੱਜ ਮੈਂ ਘਰ ਬੰਦਗੀ ਕੀਤੀ ਮਿਲਿਆ ਤੇ ਕੁਝ ਹੈ ਨਹੀਂ ਮਿਲਦਾ ਜ਼ਰੂਰ ਹੈ ਸੰਗਤ ਵਿੱਚ ਆਜ ਆਏ ਆ ਅੱਜ ਵੀ ਬੜਾ ਕੁਝ ਮਿਲੇ ਆ ਉਹ ਵੱਖਰੀ ਗੱਲ ਐ ਇੰਨੀ ਚੇਤਨਤਾ ਸੂਖਸ਼ਮ ਨਹੀਂ ਐ ਇੰਨਾ ਮਨੁੱਖ ਦੀ ਬੁੱਧੀ ਸੂਖਸ਼ਮ ਨਹੀਂ ਐ ਜੋ ਅੱਜ ਇਹਨੂੰ ਮਿਲਿਆ ਅੱਜ ਵੇਖ ਸਕੇ ਇੰਨੀ ਸੂਖਸ਼ਮ ਨਹੀਂ ਐ ਕਈ ਬੰਦਗੀ ਵਾਲੇ ਮਨੁੱਖ ਹੁੰਦੇ ਨੇ ਅੱਜ ਵੀ ਜੋ ਕੁਝ ਉਹਨਾਂ ਨੂੰ ਮਿਲਿਆ ਨਾਲੋਂ ਨਾਲ ਪਤਾ ਲੱਗਦਾ ਰਹਿੰਦਾ ਇਸ ਵਰਗੇ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਰਦੇ ਤੁਰਦੇ ਉਦਾਸੀਆਂ ਤੇ ਕਿਸੇ ਪਿੰਡ ਤੋਂ ਬਾਹਰ ਚਲੇ ਗਏ ਜਿਵੇਂ ਬਾਗ ਵਿੱਚ ਜਾ ਕੇ ਬੈਠੇ ਨੇ ਲੋਕ ਉਹਨਾਂ ਦੇ ਕੋਲ ਸੰਗਤ ਕਰਨ ਲਈ ਆਣ ਲੱਗ ਪਏ ਇੱਕ ਮਨੁੱਖ ਆਪਣੇ ਘਰੋਂ ਨਿਕਲਦਾ ਹੈ ਰੋਜ਼ ਸੰਗਤ ਲਈ ਆਉਂਦਾ ਰਾਹ ਵਿੱਚ ਇੱਕ ਮਨੁੱਖ ਦੀ ਦੁਕਾਨ ਪੈਂਦੀ ਹੈ ਉਹਨੂੰ ਵੀ ਨਾਲ ਕਹਿੰਦਾ ਰੋਜ਼ ਪੁੱਛਦਾ ਕਿੱਥੇ ਜਾਂਦਾ ਹੈ ਕਹਿੰਦੇ ਸੰਗਤ ਵਿੱਚ ਜਾਂਦਾ ਉਹਨਾਂ ਚੱਲ ਮੈਂ ਵੀ ਜਾਣਾ ਹੁੰਦਾ ਉਧਰ ਇਕੱਠੇ ਹੀ ਚੱਲਾ ਕਰਾਂਗੇ ਉਹ ਤੇ ਸੰਗਤ ਵਿੱਚ ਚਲਾ ਜਾਂਦਾ ਦੁਕਾਨ ਵਾਲਾ ਨਾਲ ਹੀ ਵੇਸ਼ਵਾਵਾਂ ਦਾ ਨਗਰ ਹੈ ਉਧਰ ਚਲਾ ਜਾਂਦਾ ਕੁ ਸੰਗਤ ਵਿੱਚ ਚਲਾ ਜਾਂਦਾ ਦੋਨੇ ਵਾਪਸ ਆਉਂਦੇ ਨੇ ਇੱਕ ਦਿਨ ਕੁਸੰਗਤ ਵਾਲਾ ਕਹਿੰਦਾ ਰੋਜ਼ ਤੂੰ ਸੰਗਤ ਵਿੱਚ ਜਾਣਾ ਤੈਨੂੰ ਤਾਂ ਕੁਝ ਮਿਲਦਾ ਵੀ ਹੈ ਕਿ ਨਹੀਂ ਮਿਲਦਾ ਐਵੇਂ ਹੀ ਆ ਜਾਣਾ ਆਂਦਾ ਬਹੁਤ ਕੁਝ ਮਿਲਦਾ ਹੈ ਸ਼ਾਇਦ ਹਜੇ ਥੋੜਾ ਜਿਹਾ ਕੱਚਾ ਵੀ ਹੋਏਗਾ ਕਹਿੰਦਾ ਮਿਲਦਾ ਹੈ ਕਹਿੰਦਾ ਚਲ ਠੀਕ ਹੈ ਕੱਲ ਨੂੰ ਅਸੀਂ ਨਿਸਤਾਰਾ ਕਰਾਂਗੇ ਦੋਵੇਂ ਜਣੇ ਆਵਾਂਗੇ ਪਹਿਲਾਂ ਜਾਵਾਂਗੇ ਦੋਵੇਂ ਤੂੰ ਸੰਗਤ ਵਿੱਚ ਜਾਈ ਮੈਂ ਕੁਸੰਗਤ ਵਿੱਚ ਜਾਵਾਂਗਾ ਫਿਰ ਵਾਪਸ ਆਵਾਂਗੇ ਜੇ ਨੂੰ ਮਹਿੰਗੀ ਤੇ ਵਧੀਆ ਚੀਜ਼ ਮਿਲੇਗੀ ਇਹ ਮੰਨ ਲਵਾਂਗੇ ਸੰਗਤ ਵਿੱਚ ਫਾਇਦਾ ਕਿ ਸੰਗਤ ਵਿੱਚ ਵਰਗਾ ਚਲੋ ਠੀਕ ਹੈ ਦੋਵੇਂ ਗਏ ਵਾਪਸ ਆ ਗਏ ਇੱਕ ਦਰਖਤ ਦੇ ਤੇ ਥੱਲੇ ਬੈਠ ਗਿਆ ਜਿਹੜਾ ਪਹਿਲਾਂ ਆਇਆ ਦਰਖਤ ਦੇ ਥੱਲੇ ਮਿੱਟੀ ਪਿੱਟੀ ਤੇ ਉਹਨੂੰ ਮੋਰਾਂ ਲੱਭ ਪਈਆਂ ਮੋਰਾਂ ਲੱਭੀਆਂ ਨੇ ਬੜਾ ਖੁਸ਼ ਹੋਇਆ ਇੰਨੇ ਜਿਹੜਾ ਸੰਗਤ ਵਿੱਚ ਜਾ ਰਿਹਾ ਸੀ ਉਹ ਵੀ ਉਹ ਥੋੜਾ ਜਿਹਾ ਲੰਗੜਾ ਜਾ ਤੁਰਦਾ ਆਏ ਲੰਗੜਾ ਕੇ ਤੁਰ ਰਿਹਾ ਸੀ ਪੈਰ ਦੇ ਵਿੱਚੋਂ ਖੂਨ ਨਿਕਲ ਰਿਹਾ ਉਹਨੇ ਤੈਨੂੰ ਮੈਂ ਪਹਿਲਾਂ ਕਿਹਾ ਸੀ ਆ ਸੰਗਤ ਚੋਂ ਕੁਝ ਨਹੀਂ ਲੱਭਦਾ ਹੁੰਦਾ ਕਿੱਧਰ ਜਾਣਾ ਹੈ ਰੋਜ਼ ਐਵੇਂ ਸਮਾਂ ਬਰਬਾਦ ਕਰਦਾ ਮੇਰੇ ਨਾਲ ਹੀ ਚੱਲਿਆ ਕਰ ਤੂੰ ਉਹਨਾਂ ਦਾ ਗਲਤ ਤੇ ਤੇਰੀ ਠੀਕ ਹੈ ਨੇ ਉਤੋਂ ਤੋਂ ਤੂੰ ਵੇਖੀਏ ਥੋੜੀ ਮੋਟੀ ਜੀ ਬੁੱਧੀ ਨਾਲ ਵੇਖੀਏ ਤੇ ਗਲਤ ਐਵੇਂ ਹੀ ਹੈ ਵੀ ਤੈਨੂੰ ਮੋਹਰ ਲੱਭ ਗਈ ਹੈ ਮੇਰੇ ਪੈਰ ਚ ਇੱਡਾ ਵੱਡਾ ਸੂਲ ਵੱਜੀ ਹੈ ਉਤੋਂ ਤੋਂ ਤਾਂ ਲੱਗਦਾ ਹੈ ਉਹ ਠੀਕ ਹੈ ਜਿਹੜਾ ਕੋ ਸੰਗਤ ਵਿੱਚ ਜਾ ਰਿਹਾ ਉਹਨਾਂ ਨੂੰ ਲੱਗਦਾ ਤੇ ਮੈਨੂੰ ਵੀ ਐਵੇਂ ਹੀ ਹੈ ਪਰ ਇਸ ਦਾ ਨਸਤਾਰਾ ਸੀ ਗੁਰੂ ਨਾਨਕ ਸਾਹਿਬ ਤੋਂ ਕਰਾ ਲੈਣੇ ਆ ਉਹ ਤੇ ਆਦ ਕਾਲ ਸਾਰਾ ਕੁਝ ਜਾਣਦੇ ਨੇ ਅਗਲਾ ਵੀ ਜਾਣਦਾ ਪਿਛਲੇ ਵੀ ਜਾਣਦੇ ਨੇ ਕਰਮਾਂ ਦੀ ਗੱਲ ਵੀ ਜਾਣਦੇ ਨੇ ਕਿਹਦੇ ਕਰਮ ਕਿੱਥੇ ਖਲੜੇ ਨੇ ਗੁਰੂ ਨਾਨਕ ਸਾਹਿਬ ਕੋਲ ਚਲੇ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਨੇ ਕਹਿੰਦੇ ਮਹਾਰਾਜ ਆਏ ਤੇ ਤੁਹਾਡੇ ਕੋਲੋਂ ਇੱਕ ਨਸਤਾਰਾ ਕਰੋ ਅਸੀਂ ਕੱਲ ਸ਼ਰਤ ਲਗਾਈ ਸੀ ਦੋਵੇਂ ਆ ਗਏ ਆ ਇਹਨੂੰ ਸੋਨੇ ਦੀ ਮੋਹਰ ਲੱਭੀ ਆ ਮੇਰੇ ਪੈਰ ਦੇ ਵਿੱਚ ਸੂਈ ਵੱਜ ਗਈ ਆ ਵੱਡਾ ਕੰਡਾ ਵਜਿਆ ਤੇ ਉਹ ਖੂਨ ਨਿਕਲ ਰਿਹਾ ਮਹਾਰਾਜ ਕੇ ਨੇ ਅਸਲ ਦੇ ਵਿੱਚ ਭਾਈ ਜਿਹਨੂੰ ਮੋਹਰ ਮਿਲੇ ਉਹਨੂੰ ਕਹਿੰਦੇ ਨੇ ਤੈਨੂੰ ਅਜੇ ਇੱਕ ਮੇਲੀ ਹੈ ਤੈਨੂੰ ਇਹ ਪੂਰੀ ਹੋਈ ਚਾਟੀ ਭਰ ਕੇ ਮਿਲਣੀ ਸੀ ਮੋਹਰਾਂ ਦੀ ਪਰ ਤੇਰੇਆਂ ਮਾੜਿਆਂ ਕਰਮਾਂ ਨੇ ਰੋਜ਼ ਰੋਜ਼ ਪ੍ਰਮਾਤਮਾ ਤੋਂ ਬੇਮਕ ਹੁੰਦਿਆਂ ਹੁੰਦਿਆਂ ਤੇਰੇ ਕਰਮਾਂ ਦੀ ਸਥਿਤੀ ਵਿਗੜ ਗਈ ਹੈ ਆ ਇੱਕ ਹੀ ਰਹਿ ਗਈ ਹੈ ਬਸ ਮਿਲਣੀ ਤਾਂ ਜਿਆਦਾ ਸੀ ਇਹਦਾ ਕਰਮ ਠੀਕ ਹੁੰਦਾ ਕਿਤੇ ਹੋਰ ਜ਼ਿਆਦਾ ਪਈ ਹੁੰਦੀ ਉੱਥੇ ਮਿਲਦੀ ਦੂਜਾ ਕਹਿੰਦਾ ਚਲੋ ਇਹਦੀ ਤੇ ਗੱਲ ਮੰਨ ਗਈ ਮੇਰਾ ਕੀ ਹੈ ਮੈਂ ਤੇ ਰੋਜ ਸੰਗਤ ਵਿੱਚ ਆਉਣਾ ਮਹਾਰਾਜ ਕਹਿੰਦੇ ਤੇਰੀ ਵੀ ਸਥਿਤੀ ਕੁਝ ਐਸੀ ਹੀ ਹੈ ਤੇਰੇ ਕਰਮ ਇੰਨੇ ਮਾੜੇ ਸੀ ਅੱਜ ਦੇ ਦਿਨ ਤੈਨੂੰ ਫੜਿਆ ਜਾਣਾ ਸੀ ਤੈਨੂੰ ਫਾਂਸੀ ਲੱਗਣੀ ਸੀ ਪਰਮਾਤਮਾ ਨੇ ਤੇਰੇ ਕਰਮਾਂ ਦੀ ਸਥਿਤੀ ਮੋੜੀ ਹੈ ਸੰਗਤ ਕਰਕੇ ਉਹਨੇ ਧਰਮ ਦਾ ਲੇਖਾ ਬਣਾਇਆ ਹੋਇਆ ਪਰਮਾਤਮਾ ਨੇ ਬੜੀ ਬਰੀ ਕਿ ਸਾਧ ਸੰਗਤ ਇਹ ਦੁਨੀਆ ਕੋਈ ਖੇਡ ਦਾ ਮੈਦਾਨ ਨਹੀਂ ਹੈ ਜਿੱਥੇ ਫਰੀ ਸਟਾਈਲ ਵਿੱਚ ਕੋਈ ਕੁਝ ਵੀ ਕਰ ਲਏਗਾ ਨਹੀਂ ਐਸਾ ਨਹੀਂ ਹੈ ਇਹ ਦੁਨੀਆ ਵਿੱਚ ਜਿੰਨਾ ਜ਼ਿਆਦਾ ਮਨੁੱਖ ਗੰਭੀਰ ਹੋਏਗਾ ਉਹਨਾਂ ਨੂੰ ਪਤਾ ਲੱਗ ਜਾਏਗਾ ਦੁਨੀਆ ਦੀ ਅਸਲੀਅਤ ਕੀ ਹੈ ਇੱਥੇ ਮਨੁੱਖ ਹਾਸੇ ਮਜ਼ਾਕ ਵਿੱਚ ਵੀ ਕਿਸੇ ਨੂੰ ਕੁਝ ਕਹਿ ਰਿਹਾ ਉਹਦਾ ਵੀ ਲਿਖ ਦੇਣਾ ਪੈਂਦਾ ਹੈ ਐ ਸਮਝ ਸਮਝਣਾ ਇੱਥੇ ਗੰਭੀਰ ਹੋਣ ਦੀ ਲੋੜ ਹੈ ਦੁਨੀਆ ਤੇ ਐਸਾ ਨਹੀਂ ਹੈ ਕਿ ਕੋਈ ਕਿਸੇ ਨੂੰ ਕੁਝ ਹੀ ਕਹਿ ਲੇ ਕਿਸੇ ਦਾ ਕੋਈ ਹੱਕ ਮਾਰ ਦੇ ਤੇ ਉਹਨੂੰ ਕੁਝ ਨਹੀਂ ਹੋਣਾ ਐਸਾ ਨਹੀਂ ਹੈ ਬਸ ਇਹ ਗੱਲ ਇੰਨੀ ਹੈ ਮਨੁੱਖ ਨੂੰ ਹਜੇ ਅਸਲੀਅਤ ਨਹੀਂ ਪਤਾ ਤੇ ਫਿਰ ਕੁਝ ਵੀ ਕਰੀ ਜਾਂਦਾ ਹੈ ਜਿਸ ਦਿਨ ਇਹਨੂੰ ਅਸਲੀਅਤ ਪਤਾ ਲੱਗ ਗਈ ਯਾਦ ਰੱਖਣਾ ਸੋ ਵੀ ਨਹੀਂ ਪਾਏਗਾ ਰਾਤ ਨੂੰ ਰਾਤੀ ਬੈਠ ਬੈਠ ਕੇ ਵੀ ਰੱਬ ਦਾ ਨਾਮ ਜਪੇਗਾ ਜਿਸ ਦਿਨ ਅਸਲੀਅਤ ਪਤਾ ਲੱਗ ਗਈ ਜਿਸ ਦਿਨ ਇਹਨੂੰ ਅਨੁਭਵ ਹੋ ਗਿਆ ਅਗਲਾ ਦੁਨੀਆ ਹੈ ਕੀ ਹੈ ਸਚਾਈ ਪਤਾ ਲੱਗ ਗਈ ਉਸ ਦਿਨ ਸਮਝ ਆਏਗਾ ਹਜੇ ਇਹਨੂੰ ਇਵੇਂ ਲੱਗਦਾ ਮੈਂ ਇਹ ਦੁਨੀਆ ਦਾ ਹੀ ਵਾਸੀ ਹਾਂ ਪੱਕਾ ਹੀ ਇੱਥੋਂ ਹੀ ਜੰਮਿਆ ਇੱਥੋਂ ਹੀ ਨਹੀਂ ਦੁਨੀਆ ਦਾ ਇਤਿਹਾਸ ਕਰੋੜਾਂ ਸਾਲ ਪੁਰਾਣਾ ਹੈ ਜਿਹੜੇ ਮਨੁੱਖ ਇੱਥੇ ਜੀਰੇ ਨੇ ਕਿਸੇ ਦਾ ਇਤਿਹਾਸ 20 ਸਾਲ ਪੁਰਾਣਾ ਹੈ ਕਿਸੇ ਦਾ 30 ਸਾਲ ਪੁਰਾਣਾ ਹੈ 30 ਸਾਲ ਤੋਂ ਪਹਿਲਾਂ ਇਹ ਕਿੱਥੇ ਸੀ ਕਿਸੇ ਨੂੰ ਕੁਝ ਨਹੀਂ ਪਤਾ ਹੈ ਤੇ ਜ਼ਰੂਰ ਸੀ ਕਿਤੇ ਨਾ ਕਿ ਤਾਂ ਹੀ ਤੇ ਆਇਆ ਇੱਥੇ ਇਹਨੂੰ ਆਪਣਾ 30 ਸਾਲ ਆਏ ਹੋਏ ਨੂੰ ਹੋਏ ਨੇ ਇੱਥੇ ਪਰ ਇਹ ਸਮਝ ਰਿਹਾ ਸ਼ਾਇਦ ਮੈਂ ਸਦਾ ਤੋਂ ਹੀ ਇੱਥੋਂ ਜਮਿਆ ਨਹੀਂ ਇਸ ਦੀ ਜਿਹੜੀ ਸੁਰਤ ਹੈ ਉਹ ਸਰੀਰ ਵਿੱਚ ਇੰਨਾ ਫਸ ਗਈ ਹੈ ਸਰੀਰ ਤੋਂ ਬਾਹਰ ਹੀ ਨਹੀਂ ਆਈ ਕਦੀ ਸਰੀਰ ਨੂੰ ਹੀ ਆਪਣਾ ਘਰ ਸਮਝ ਬੈਠੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੈਨੂੰ ਸੰਗਤ ਦਾ ਫਲ ਇਹ ਮਿਲੇ ਹੈ ਤੈਨੂੰ ਸੂਲੀ ਚੜਾਇਆ ਜਾਣਾ ਸੀ ਸੰਗਤ ਦੇ ਫਲ ਦੇ ਨਾਲ ਤੇਰੀ ਇਹ ਸੂਲ ਬਣ ਗਈ ਹੈ ਕਰਮ ਤੇਰਾ ਕੱਟਿਆ ਗਿਆ ਸੋ ਸੰਗਤ ਵਿੱਚ ਆ ਕੇ ਮਨੁੱਖ ਦੇ ਕੀਤੇ ਹੋਏ ਕਰਮਾਂ ਦਾ ਪ੍ਰਭਾਵ ਘਟਦਾ ਹੈ ਚੰਗੇ ਕਰਮ ਮਨੁੱਖ ਕਰਦਾ ਹੈ ਮਨ ਦੇ ਵਿੱਚ ਚੰਗੇ ਸੰਕਲਪ ਆਉਂਦੇ ਨੇ ਚੰਗੇ ਫੁਰਨੇ ਆਉਂਦੇ ਨੇ ਜਿੱਥੇ ਵੀ ਮਨੁੱਖ ਜਾ ਕੇ ਬੈਠਦਾ ਹੈ ਉਹ ਸਥਾਨ ਦੀ ਆਪਣੀ ਵਾਈਬ੍ਰੇਸ਼ਨ ਹੈ ਜਿੱਥੇ ਵੀ ਮਨੁੱਖ ਰਹਿੰਦਾ ਹੈ ਉਹ ਸਥਾਨ ਦਾ ਆਪਣਾ ਇੱਕ এনवायरमेंट ਹੈ ਆਪਣਾ ਇੱਕ ਘੇਰਾ ਇਸ ਕਰਕੇ ਇੱਥੇ ਆਉਂਦਾ ਆਪਣਾ ਇੱਕ ਘੇਰਾ ਹੈ ਇਸ ਸਥਾਨ ਦਾ ਰੱਬ ਦੀ ਗੱਲ ਹੁੰਦੀ ਹੈ ਜੇ ਮਨੁੱਖ ਦੇ ਘਰ ਵਿੱਚ ਵੀ ਰੱਬ ਦੀ ਗੱਲ ਹਮੇਸ਼ਾ ਚੱਲਦੀ ਰਹੇ ਕੂੜ ਪ੍ਰਚਾਰ ਨਾ ਚੱਲੇ ਉਸ ਦਾ ਘਰ ਵੀ ਹਰਿਮੰਦਰ ਬਣ ਜਾਏਗਾ ਸੋ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਕਥਾ ਸ਼ਰਵਨ ਕਰ ਰਹੇ ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿੱਥੇ ਦੱਸਿਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਿੱਤੇ ਹੁਕਮ ਦੇ ਅਨੁਸਾਰ ਵਿਆਹ ਦੇ ਲਈ ਤਿਆਰ ਹੋਏ ਹਨ ਮਾਤਾ ਭਾਨੀ ਜੀ ਨੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸਾਰੀ ਗੱਲ ਦੱਸੀ ਹੈ ਵੀ ਕਿਵੇਂ ਗੁਰਤਾ ਗੱਦੀ ਮਿਲਦੀ ਹੈ ਮੇਰੇ ਮਨ ਵਿੱਚ ਚਿੰਤਾ ਹੈ ਕਿਤੇ ਐਸਾ ਨਾ ਹੋਏ ਤੁਸੀਂ ਵੱਡੇ ਤੁਹਾਡੇ ਭਰਾਤਾ ਨੇ ਹੰਕਾਰ ਵਿੱਚ ਰਹਿੰਦੇ ਨੇ ਕਿਤੇ ਗੁਰਤਾ ਗੱਦੀ ਘਰੋਂ ਚਲੀ ਜਾਏ ਸੋ ਆਓ ਹੁਣ ਜਿਵੇਂ ਅੱਗੇ ਅਥਾ ਚਲਦੀ ਹੈ ਮਾਤਾ ਪਾਨੀ ਜੀ ਕੀ ਉਪਦੇਸ਼ ਦਿੰਦੇ ਨੇ ਗੁਰੂ ਜੀ ਕਿਵੇਂ ਜਾਂਦੇ ਨੇ ਉਹਨਾਂ ਨੂੰ ਸਰਵਣ ਕਰੀਏ ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਈਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਾੜੂ ਇਦਤ ਮਹਕਾ ਗੁਰਤਾ ਅਪਰ ਸੇਵਕ ਰਹੈ ਕਹਿੰਦੇ ਨੇ हे ਪੁੱਤਰ ਐਸਾ ਨਾ ਹੋਏ ਕਿ ਤੇ ਤੁਸੀਂ ਹੱਥ ਮਿਲਦੇ ਹੀ ਰਹਿ ਜਾਓ ਕੋਈ ਸੇਵਾ ਕਰਕੇ ਇਸ ਗੁਰਤਾ ਗੱਦੀ ਨੂੰ ਪ੍ਰਾਪਤ ਹੀ ਨਾ ਕਰ ਲਵੇ ਮੈਂ ਤੁਮ ਆਸਿਕ ਅਲੋ ਉਚਾਰੇ ਰਹੁ ਸਦਾ ਸਤਿ ਤਿਥ ਕੇ ਅਨਸਾਰੇ ਕਿਸ ਕਰਕੇ ਮਾਤਾ ਭਾਨੀ ਜੀ ਕਹਿੰਦੇ ਬੇਟਾ ਮੈਂ ਤੁਹਾਨੂੰ ਸਿੱਖਿਆ ਦੇਣੀ ਆ ਹਮੇਸ਼ਾ ਆਪਣੇ ਪਿਤਾ ਦੇ ਅਨੁਸਾਰ ਹੀ ਰਹਿਣਾ ਇਹੀ ਤੁਹਾਨੂੰ ਸੁੱਖ ਦੇਣਗੇ। ਜਿਵੇਂ ਸਮਝਾਰੇ ਨੈਣ ਜਲ ਤਰੇ ਜਾਵੋ ਪੁੱਤਰ ਆਇਸ ਅਸ ਕਰੇ। ਐਵੇਂ ਗੱਲਾਂ ਕਹਿ ਕੇ ਮਾਤਾ ਪਾਨੀ ਜੀ ਦੇ ਅੱਖਾਂ ਵਿੱਚੋਂ ਜਲ ਵਹਿ ਤੁਰਿਆ। ਥੋੜੇ ਜਲ ਵਹਿ ਤੁਰਨ ਦੇ ਕਾਲ ਰੁਦਨ ਕਰਦੇ ਨੇ ਆਪਣੇ ਪੁੱਤਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਹੁਕਮ ਦੇਿੰਦਣ ਕਿੰਦੇ ਜਾਓ ਬੇਟਾ ਤੁਸੀਂ ਹੁਣ ਵਿਆਹ ਦੇ ਵਿੱਚ ਜਾਣਾ ਕਰੋ ਸਾਦਰ ਸੇਖ ਮਾਤ ਕੇ ਮਾਨੇ ਸੇਸ਼ ਨਰਮ ਕਰ ਬੰਦਨ ਧਾਰੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਪ੍ਰੇਮ ਦੇ ਨਾਲ ਆਪਣੇ ਮਾਤਾ ਬੀਬੀ ਭਾਨੀ ਜੀ ਦੀ ਹੁਕਮ ਨੂੰ ਮੰਨਿਆ ਨਿਮਰਤਾ ਦੇ ਨਾਲ ਉਹਨਾਂ ਨੂੰ ਬੇਨਤੀ ਕਰਕੇ ਚੱਲ ਪਏ ਹਨ ਵਿਦਾ ਹੋਏ ਦਿਤੇ ਮਿਕਸੇ ਕਮਲ ਪਤਲੁਕ ਸੇ ਲੋਚਨ ਮਿਕਸੇ ਮਾਤਾ ਜੀ ਪਾਸੋਂ ਜਦੋਂ ਵਿਦਾਇਗੀ ਲੈ ਕੇ ਗੁਰੂ ਜੀ ਚੱਲਦੇ ਨੇ ਕਮਲ ਵਰਗੇ ਉਹਨਾਂ ਦੇ ਨੈਣ ਨੇ ਬੜੇ ਸੁੰਦਰ ਕਮਲ ਵਰਗੇ ਜਿਹੜੇ ਨੈਣ ਹਨ ਉਹ ਖਿੜ ਗਏ ਹਨ ਪਿਤਾ ਕੋ ਪੋ ਕਰਕੇ ਨਮੋ ਤਾਉ ਸੰਗ ਚਲੇ ਤੇ ਸੰਮੋ ਫਿਰ ਗੁਰੂ ਮਹਾਰਾਜ ਜੀ ਆਪਣੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਨ ਫਿਰ ਆਪਣੇ ਤਾਇਆ ਜੀ ਭਾਈ ਸਹਾਰੀ ਜੀ ਦੇ ਨਾਲ ਚੱਲ ਪਏ ਹਨ ਦੋਨੋਂ ਪ੍ਰਾਤ ਕੋ ਕਰ ਬੰਦਨ ਚਲੇ ਸੰਗਤ ਆਹ ਰੋਗ ਸੋ ਸੰਤਨ ਫਿਰ ਮਹਾਰਾਜ ਜੀ ਨੇ ਆਪਣੇ ਦੋਵੇਂ ਭਰਾਵਾਂ ਨੂੰ ਬਾਬਾ ਪ੍ਰਿਥੀ ਚੰਦ ਜੀ ਬਾਬਾ ਮਹਾਦੇਵ ਜੀ ਨੂੰ ਨਮਸਕਾਰ ਕੀਤੀ ਹੈ ਔਰ ਫਿਰ ਸਵਾਰ ਹੋ ਕੇ ਚੱਲ ਪਏ ਹਨ ਸਤਿਮਤ ਸਨ ਸਨੇ ਕਰਸੋਰਾ ਜਾਏ ਪਰਵੇਸੇ ਪੁਰੇ ਤਹੋਰਾ ਹੌਲੀ ਹੌਲੀ ਚੱਲਦਿਆਂ ਚੱਲਦਿਆਂ ਲਾਹੌਰ ਜਿਹੜੀ ਨਗਰੀ ਹੈ ਅੱਜ ਤੇ ਪਾਕਿਸਤਾਨ ਵਿੱਚ ਐ ਪਹਿਲਾਂ ਇੱਕ ਹੀ ਹੁੰਦਾ ਸੀ ਜਾ ਕੇ ਲਾਹੌਰ ਦੇ ਵਿੱਚ ਵਿਸ਼ਰਾਮ ਕੀਤਾ ਹੈ ਰਤਿਉ ਬਾਜੋ ਸਤ ਕੋ ਸਮਹਾਰੇ ਸ੍ਰੀ ਅਰਜਨ ਮਿਲ ਕਰ ਕੋਦ ਸਾਰੇ ਭਾਈ ਸੰਹਾਰੀ ਮਲ ਜੀ ਨੇ ਆਪਣੇ ਪੁੱਤਰ ਦਾ ਵਿਆਹ ਰਚਿਆ ਸੀ ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਥੇ ਜਾ ਕੇ ਸਾਰੇ ਹੀ ਮਨੁੱਖਾਂ ਨੂੰ ਮਿਲੇ ਹਨ ਜਥਾ ਤੁਮ ਸਭ ਕੋ ਵਰ ਪਾਓ ਗਏ ਬਰਾਦ ਸੰਗ ਸੁਖ ਬਾਹੋ ਸਾਰਿਆਂ ਨੂੰ ਯਥਾ ਯੋਗ ਸਾਰਿਆਂ ਨੂੰ ਹੀ ਪ੍ਰਸੰਨ ਕੀਤਾ ਉਸ ਵਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਬਰਾਤ ਦੇ ਨਾਲ ਵੀ ਗਏ ਹਨ ਜਗ ਲਖਿਨ ਕੇ ਕਾਰਜ ਭਇਓ ਤੱਕ ਤੱਕ ਪਾਸ ਕਿਨਹੁ ਤੇ ਕਰਿਓ ਜਦੋਂ ਤੇ ਹੀ ਵਿਆਹ ਦਾ ਕਾਰਜ ਚੱਲਦਾ ਰਿਹਾ ਉਦੋਂ ਤੇ ਹੀ ਗੁਰੂ ਜੀ ਨੇ ਜਿਹੜਾ ਵਸੇਬਾ ਹੈ ਉਹ ਭਾਈ ਸਹਾਰੀ ਮਲਜੀ ਦੇ ਘਰ ਹੀ ਰੱਖਿਆ ਹੈ ਤੂੰ ਨੇ ਆਪਣੀ ਕਰਮਸਾਲਾ ਤੇਰੇ ਸਾਡੇ ਸੰਗਤਾਂ ਦਾ ਨਾਮ ਲੱਭਾਰੇ ਫਿਰ ਗੁਰੂ ਜੀ ਆ ਕੇ ਧਰਮਸ਼ਾਲਾ ਦੇ ਵਿੱਚ ਰਹਿੰਦੇ ਨੇ ਜਿਹੜੀ ਗੁਰੂ ਰਾਮਦਾਸ ਜੀ ਨੇ ਬਣਵਾਈ ਹੈ ਔਰ ਸਾਰੀ ਸੰਗਤ ਦੇ ਨਾਲ ਵਚਨ ਬਿਲਾਸ ਕਰਦੇ ਹਨ ਹਮੇਸ਼ਾ ਹੀ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਸੀ ਜਦੋਂ ਅਸੀਂ ਚਿੱਠੀ ਭੇਜਾਂਗੇ ਤੁਸੀਂ ਉਦੋਂ ਆਉਣਾ ਹੈ ਵਿਆਹ ਦਾ ਕਾਰਜ ਤੇ ਹੁਣ ਨਿਬੜ ਗਿਆ ਹੁਣ ਇਹ ਹਮੇਸ਼ਾ ਇੰਤਜ਼ਾਰ ਕਰਦੇ ਨੇ ਵੀ ਗੁਰੂ ਜੀ ਦੀ ਚਿੱਠੀ ਕਦੋਂ ਆਏਗੀ। اسی ਇੰਤਜ਼ਾਰ ਦੇ ਵਿੱਚ ਲੱਗੇ ਰਹਿੰਦੇ ਹਨ। ਇਸ ਬਾਸੁਰ ਸਿਮਰਜ ਕੀਤੇ ਸੁਰਜ ਸਾਤ ਸੰਗਤ ਕੀਤੇ। ਦਿਨ ਰਾਤ ਬਸ ਇਹ ਹੀ ਮਨ ਦੇ ਵਿੱਚ ਵਿਚਾਰਦੇ ਰਹਿੰਦੇ ਨੇ। ਇਹ ਵਿਚਾਰ ਚੱਲਦਾ ਰਹਿੰਦਾ ਹੈ ਤੇ ਸੰਗਤ ਵਿੱਚ ਬੈਠ ਕੇ ਸੰਗਤ ਨਾਲ ਮਿਲ ਕੇ ਗੁਰੂ ਜੀ ਦਾ ਜਸ ਗਾਉਂਦੇ ਹਨ ਰੇ ਪ੍ਰਵਾਹ ਵਧ ਤੋ ਜਾਏ ਦਰਸ਼ਨ ਕਰਦੇ ਕੋ ਅਲਕਾਏ ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਪ੍ਰੇਮ ਪ੍ਰਵਾਹ ਵਧਦਾ ਹੀ ਜਾਂਦਾ ਹੈ ਜਿਵੇਂ ਚਾਤ੍ਰਿਕ ਸਾਤ ਦੀ ਜਿਹੜੀ ਬੂੰਦ ਆਉਂਦੀ ਹੈ ਸਵੰਤੀ ਬੂੰਦ ਉਸ ਤੋਂ ਬਿਨਾ ਨਹੀਂ ਰਹਿ ਸਕਦਾ ਇਵੇਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਪ੍ਰੇਮ ਬੜਾ ਹੈ ਗੁਰੂ ਸਾਹਿਬ ਜੀ ਨਾਲ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਨੇ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਪ੍ਰੇਮੀ ਦੀ ਹਾਲਤ ਵੀ ਦੱਸਦੇ ਨੇ ਕਿ ਐਸੀ ਹਾਲਤ ਬਣ ਜਾਂਦੀ ਹੈ ਪ੍ਰੇਮੀ ਦੀ ਕਿੰਨੇ ਖੰਭ ਵਿਕੰਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣਾ ਲਹਾ ਸੋ ਸੱਜਣ ਟੋਲ ਕਹਿੰਦੇ ਐਸੀ ਹਾਲਤ ਬਣ ਜਾਂਦੀ ਹੈ ਉਹਨਾਂ ਦੀ ਜਿਹੜੇ ਪ੍ਰੇਮੀ ਹੁੰਦੇ ਨੇ ਕਹਿੰਦੇ हे ਪ੍ਰਮਾਤਮਾ ਕਿਤੇ ਮੈਨੂੰ ਐਸੇ ਖੰਭ ਮਿਲ ਜਾਣ ਜਿਹੜੇ ਮੈਂ ਆਪਣੇ ਸ਼ਰੀਰ ਤੇ ਜੜਵਾ ਲਵਾਂ ਤੇ ਜਿੱਥੇ ਮੇਰਾ ਪ੍ਰੀਤਮ ਪਿਆਰਾ ਪ੍ਰਮਾਤਮਾ ਵਸਦਾ ਉਹਨੂੰ ਮੈਂ ਲਭ ਲਵਾਂ ਖੰਭ ਵੀ ਕੰਧੜੇ ਜੇ ਲ੍ਹਾਂ ਜੇ ਮੈਨੂੰ ਕਿਤੇ ਖੰਭ ਮਿਲ ਜਾਂ ਸਾਧ ਸੰਗਤ ਇਹ ਜਿਹੜਾ ਪ੍ਰੇਮ ਹੈ ਕਿਉਂਕਿ ਹਿਰਦੇ ਦੇ ਵਿੱਚ ਦੋ ਪ੍ਰੇਮ ਇਕੱਠੇ ਨਹੀਂ ਰਹਿੰਦੇ ਜਾਂ ਤੇ ਪ੍ਰਮਾਤਮਾ ਦਾ ਪ੍ਰੇਮ ਰਹਿੰਦਾ ਹੈ ਜਾਂ ਦੁਨੀਆਂ ਦਾ ਪ੍ਰੇਮ ਰਹਿੰਦਾ ਹੈ ਜਾਂ ਤੇ ਪਦਾਰਥ ਰਹਿੰਦੇ ਨੇ ਜਾਂ ਪ੍ਰਮਾਤਮਾ ਰਹਿੰਦਾ ਹੈ ਜਦੋਂ ਤਈ ਪਦਾਰਥਾਂ ਦੇ ਨਾਲ ਪ੍ਰੇਮ ਹੈ ਪਰਮਾਤਮਾ ਸਿਰਫ ਇੱਕ ਸਾਧਨ ਰਹਿੰਦਾ ਹੈ ਇਹ ਗੱਲ ਬੜਾ ਨੁਕਤਾ ਸਮਝਣ ਵਾਲਾ ਹੈ ਜਦੋਂ ਤਈ ਪਦਾਰਥਾਂ ਦੇ ਨਾਲ ਪ੍ਰੇਮ ਹੈ ਪਰਮਾਤਮਾ ਸਿਰਫ ਮਨੁੱਖ ਵਾਸਤੇ ਇੱਕ ਸਾਧਨ ਹੁੰਦਾ ਹੈ ਕਾਹਦਾ ਉਹਦੀਆਂ ਜ਼ਰੂਰਤਾਂ ਪੂਰੀ ਕਰਨ ਦਾ ਬਸ ਇਹ ਤੋਂ ਵੱਧ ਕੁਝ ਨਹੀਂ ਗੁਰੂ ਉਦੋਂ ਤਈ ਮਨੁੱਖ ਦੇ ਲਈ ਇੱਕ ਸਾਧਨ ਹੁੰਦਾ ਹੈ ਕਿ ਮੇਰੀਆਂ ਬਸ ਮੰਗਾਂ ਨੇ ਉਹ ਤੋਂ ਪੂਰੀਆਂ ਕਰੀ ਚੱਲ ਇਹ ਜਦੋਂ ਤਈ ਪਦਾਰਥ ਦੇ ਨਾਲ ਪ੍ਰੇਮ ਹੈ ਜਦੋਂ ਪਰਮਾਤਮਾ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ ਉਦੋਂ ਪਦਾਰਥਿਕ ਸਾਧਨ रह ਜਾਂਦੇ ਨੇ ਬਸ ਸਾਧਨ ਕੀ ਵੀ ਇਹ ਮੇਰੇ ਸ਼ਰੀਰ ਨੂੰ ਪਾਲਣਾ ਹੈ ਜ਼ਰੂਰਤਾਂ ਨੇ ਤਾਂ ਲੱਗਣੇ ਨੇ ਜਦੋਂ ਪਰਮਾਤਮਾ ਦੇ ਵੱਲ ਮਨੁੱਖ ਲੱਗਦਾ ਹੈ ਪਦਾਰਥ ਸਿਰਫ ਸਾਧਨ रह ਜਾਂਦੇ ਨੇ ਉਹਨੂੰ ਪਤਾ ਲੱਗ ਜਾਂਦਾ ਹੈ ਮੇਰੀ ਜ਼ਰੂਰਤ ਕਿੰਨੀ ਹੈ ਕਿੰਨਾ ਕੁ ਮੈਂ ਖਾਣਾ ਹੈ ਕਿੰਨੇ ਕੁ ਮੇਰੇ ਬੱਚਿਆਂ ਨੂੰ ਚਾਹੀਦਾ ਬਸ ਦੂਜੀ ਗੱਲ ਉਦੇ ਮਨ ਦੇ ਵਿੱਚੋਂ ਇਹ ਚਿੰਤਾ ਖਤਮ ਹੀ ਹੋ ਜਾਂਦੀ ਹੈ ਮੇਰੇ ਬੱਚਿਆਂ ਨੂੰ ਪਾਲੇਗਾ ਕੌਣ ਇਹ ਖਤਮ ਹੀ ਹੋ ਜਾਂਦੀ ਹੈ ਇਹ ਚਿੰਤਾਵਾਂ ਇਹ ਤੋਖਲੇ ਉਦੋਂ ਤਈ ਮਨੁੱਖ ਦੇ ਅੰਦਰ ਬੜੇ ਨੇ ਜਦੋਂ ਤਈ ਪਰਮੇਸ਼ਰ ਦਾ ਪਿਆਰ ਨਹੀਂ ਲੱਗਿਆ ਉਹਦੀ ਸਮਝ ਨਹੀਂ ਆਈ ਜਦੋਂ ਤਈ ਮਨੁੱਖ ਦੇ ਅੰਦਰ ਕਰਤਾ ਭਾਵ ਹੈ ਸਭ ਤੋਂ ਵੱਡਾ ਔਗਣ ਮਨੁੱਖ ਦਾ ਇਹੀ ਹੈ ਮਨੁੱਖ ਆਪਣੇ ਅੰਦਰ ਕਰਤਾ ਭਾਵ ਰੱਖੀ ਬੈਠਾ ਮੈਂ ਕੁਝ ਕਰਣਾ ਹੈ ਪਰ ਮਹਾਰਾਜ ਜੀ ਨੇ ਤੂੰ ਕੁਝ ਕਰਨਾ ਨਹੀਂ ਹੈ ਸਭ ਕੁਝ ਹੋਣਾ ਹੈ ਉਸ ਪ੍ਰਮਾਤਮਾ ਦੇ ਬਣਾਏ ਹੁਕਮ ਦੇ ਅਨੁਸਾਰ ਸਾਰਿਆਂ ਨੂੰ ਸਾਰਾ ਕੁਝ ਮਿਲ ਰਿਹਾ ਹੈ ਹਮ ਮਨੁੱਖ ਦੇ ਅੰਦਰ ਇਹ ਹਉਮੈ ਪੈਦਾ ਹੋ ਜਾਂਦੀ ਹੈ ਮੈਂ ਲੈ ਰਿਆ ਹਾਂ ਨਹੀਂ ਉਹ ਪ੍ਰਮਾਤਮਾ ਇਹਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੋ ਜੋ ਇਹਨੇ ਕੀਤੇ ਨੇ ਉਹਦੇ ਅਨੁਸਾਰ ਦੇ ਰਿਹਾ ਹੈ ਕਰਮ ਕਵੇਂ ਕੀਤੇ ਨੇ ਕਦੋਂ ਕੀਤੇ ਨੇ ਇਹ ਕਿਸੇ ਨੂੰ ਨਹੀਂ ਪਤਾ ਇਹ ਸਾਰੀ ਗੱਲ ਗੁਪਤ ਹੈ ਕਿਸੇ ਕਿਸੇ ਨੂੰ ਪਤਾ ਲੱਗਦਾ ਥੋੜਾ ਜਿਹਾ ਡੂੰਗਾ ਕੋਈ ਜਾਂਦਾ ਇਹ ਵੀ ਪਤਾ ਲੱਗ ਜਾਂਦਾ ਕਿਹੜੇ ਕਰਮਾਂ ਦਾ ਨਤੀਜਾ ਕਿਹੜਾ ਮਿਲਦਾ ਹੈ ਇਹ ਵੀ ਪਤਾ ਲੱਗ ਜਾਂਦਾ ਕਈ ਗ੍ਰੰਥ ਐਸੇ ਨੇ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਇਹ ਜ਼ਿਕਰ ਵੀ ਹੈ ਕਿਹੜੇ ਕਿਹੜੇ ਕਰਮ ਦਾ ਕਿਹੜਾ ਕਿਹੜਾ ਨਤੀਜਾ ਹੈ ਮਹਾਰਾਜ ਜੀ ਨੇ ਕਿਹਾ ਇਧਰ ਸਾਈਡ ਜਾਣ ਦੀ ਲੋੜ ਹੀ ਨਹੀਂ ਤੂੰ ਪਰਮਾਤਮਾ ਨੂੰ ਇਹ ਹੀ ਕਹਿ ਦੇ ਉਹਦੇ ਨਾਲ ਵਪਾਰ ਕਰ ਹੀ ਨਾ ਮੇਰੇ ਕੋਲ ਕਰਮ ਚੰਗੇ ਹੁੰਦੇ ਨਹੀਂ ਸਾਰੇ ਹੀ ਮਾੜੇ ਨੇ ਇਹ ਹੀ ਕਹਿ ਦੇ ਬਸ ਚੰਗੇ ਵਾਲੀ ਖਾਤਾ ਹੀ ਮੈਂ ਜੇ ਮਨੁੱਖ ਪਰਮਾਤਮਾ ਨੂੰ ਇਹ ਬੇਨਤੀ ਕਰ ਦਿੰਦਾ ਹੈ ਮੇਰੇ ਚੰਗੇ ਨਹੀਂ ਹਨ ਸਾਰੇ ਹੀ ਮਾੜੇ ਨੇ ਫਿਰ ਉਹ ਵੀ ਜਿਹੜੇ ਇਹਦੇ ਮਾੜੇ ਨੇ ਸਾਰੇ ਹੀ ਪਾੜ ਦਿੰਦਾ ਜੇ ਇਹ ਚੰਗੇ ਪਾੜ ਦੇਗਾ ਉਹ ਮਾੜੇ ਪਾੜ ਦੇਗਾ ਬਾਣੀ ਕਹਿੰਦੀ ਲੇਖਾ ਛੋੜ ਅਲੇਖ ਹੈ ਛੁਟੇ ਹਮ ਨਿਰਗੁਣ ਲਹਿਓ ਉਭਾਰੀ ਇਆਂ ਮਹਾਰਾਜ ਬਾਣੀ ਦੇ ਵਿੱਚ ਇਹ ਵੀ ਕਹਿੰਦੇ ਨੇ ਲੇਖ ਹੈ ਕਤੇ ਨਾ ਛੁਟੀ ਹੈ ਖਿੰਖਿਨ ਭੁੱਲਣ ਹਾਰ ਪ੍ਰਮਾਤਮਾ ਲੇਖੇ ਵਿੱਚ ਤੇ ਅਸੀਂ ਨਹੀਂ ਛੁੱਟਦੇ ਇੱਥੇ ਕਿੰਨੇ-ਕਿੰਨੇ ਭੁੱਲਦੇ ਆ ਸਾਨੂੰ ਕਿਹੜਾ ਦੁਨੀਆ ਬਾਰੇ ਪੂਰਾ ਪਤਾ ਹੈ ਇਸ ਦੁਨੀਆ ਦੇ ਬਾਰੇ ਜਿੰਨੀਆਂ ਵੀ ਫਿਲਾਸਫੀਆਂ ਨੇ ਜਿੰਨੇ ਵੀ ਦਰਸ਼ਨ ਸ਼ਾਸਤਰ ਨੇ ਗੁਰੂ ਸਹਿ ਮਹਾਰਾਜ ਜੀ ਕਹਿੰਦੇ ਕੋਈ ਪੂਰਾ ਨਹੀਂ ਆ ਸਾਰੇ ਹੀ ਅਧੂਰੇ ਨੇ ਮਹਾਰਾਜ ਜੀ ਕਹਿੰਦੇ ਨਾ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋੜ ਕੋਟ ਅੱਜ ਤੱਕ ਕਰੋੜਾਂ ਹੀ ਮਰੁੱਖਾਂ ਨੇ ਕਰਮਾਂ ਉੱਤੇ ਲਿਖ ਦਿੱਤਾ ਹੈ ਕਰੋੜਾਂ ਹੀ ਮਨੁੱਖਾਂ ਨੇ ਪਰਮਾਤਮਾ ਬਾਰੇ ਲਿਖਦਾ ਕਿ ਉਹਦਾ ਅੰਤ ਪੈ ਗਿਆ ਨਹੀਂ ਮਨੁੱਖ ਨੂੰ ਸਮਝ ਸਮਝ ਕੇ ਇਹ ਸਮਝ ਲੱਗਦੀ ਹੈ ਮੈਂ ਨਾ ਸਮਝਾਂ ਬਸ ਇੱਡੀ ਸਮਝ ਲਗਣੀ ਨਾਮ ਜਪ ਕੇ ਕੀ ਪਤਾ ਲੱਗਣਾ ਹੈ ਬੰਦਗੀ ਕਰਕੇ ਇੱਕੀ ਚੀਜ਼ ਪਤਾ ਲੱਗਣੀ ਹੈ ਕਿ ਮੈਂ ਨਾ ਸਮਝਾਂ ਮੇਰੇ ਕੋਲ ਪੱਲੇ ਕੁਝ ਨਹੀਂ ਹੈ ਜਦੋਂ ਤਈ ਮਨੁੱਖ ਨੂੰ ਇਹ ਲੱਗਦਾ ਹੈ ਮੈਂ ਕੁਝ ਕਰ ਸਕਦਾ ਹਾਂ ਮੈਂ ਦੁਨੀਆ ਨੂੰ ਬਦਲ ਦਵਾਂਗਾ ਉਦੋਂ ਤਾਈ ਸਮਝ ਲੈਣਾ ਇਹ ਬੜੀ ਚਿੰਤਾ ਦੇ ਵਿੱਚ ਫਿਰ ਰਿਹਾ ਇਸ ਕਰਕੇ ਮੈਨੂੰ ਇੱਕ ਸੱਜਣਾ ਦੀ ਗੱਲ ਬੜੀ ਸੋਹਣੀ ਲੱਗਦੀ ਹੈ ਉਹ ਕਹਿੰਦੇ ਹੁੰਦੇ ਨੇ ਜਿਹੜਾ ਮਨੁੱਖ ਆਪਣੇ ਆਪ ਨੂੰ ਬਦਲਦਾ ਹੈ ਉਹ ਮਹਾਨ ਹੈ ਜਿਹੜਾ ਮਨੁੱਖ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਉਹ ਪਰੇਸ਼ਾਨ ਹੈ हे ਮਨੁੱਖ ਤੂੰ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਦੂਜੇ ਦੇ ਕਰਮ ਔਗਣ ਵੇਖ ਹੀ ਨਾ ਕਿਉਂਕਿ ਪ੍ਰਮਾਤਮਾ ਦੀ ਦਰਗਾਹ ਵਿੱਚ ਕਰਮੀ ਕਰਮੀ ਹੋਏ ਵਿਚਾਰ ਇੱਕ ਇੱਕ ਕਰਮ ਦੀ ਵਿਚਾਰ ਉੱਥੇ ਹੁੰਦੀ ਐ ਉੱਥੇ ਸੱਚੇ ਹੀ ਸੱਚ ਨਿਬੜ ਐ ਚੁਣ ਵਖ ਕੱਢੇ ਜਜਮਲਿਆ ਜਿਵੇਂ ਬੀਬੀਆਂ ਦਾਲ ਸਾਫ ਕਰਦੀਆਂ ਨੇ ਕੰਕਰ ਰੋੜ ਚੋੱਕੇ ਬਾਹਰ ਸੁੱਟ ਦਿੰਦੀਆਂ ਨੇ ਨਾਲ ਦੇ ਨਾਲ ਥੋੜੀ ਨਾ ਕਰ ਦਿੰਦੀਆਂ ਨੇ ਐਵੇਂ ਜਿਹੜੇ ਮਨੁੱਖ ਦੇ ਔਗਣ ਤੇ ਗੁਣ ਨੇ ਉਹਨਾਂ ਦੀ ਚੁਣ-ਚੁਣ ਕੇ ਚੁਣ ਵਖ ਕੱਢੇ ਜਜਮਲਿਆ ਜਿਹੜੇ ਮਨੁੱਖ ਨੇ ਪਾਪ ਕੀਤੇ ਨੇ ਚੁਣ ਲਏ ਜਾਂਦੇ ਨੇ ਉਹਨਾਂ ਦੇ ਅਨੁਸਾਰ ਇਹਨੂੰ ਸਜ਼ਾ ਮਿਲਦੀ ਹੈ ਔਰ ਲਗਾਤਾਰ ਮਿਲਦੀ ਹੈ ਕਈਆਂ ਨੂੰ ਇੱਥੇ ਮਿਲੀ ਜਾ ਰਹੀ ਹੈ ਜਿਹੜੇ ਬੰਦਗੀ ਤੋਂ ਟੁੱਟੇ ਹੋਏ ਨੇ ਸਜ਼ਾ ਹੀ ਹੈ ਹਮੇਸ਼ਾ ਚਿੰਤਾ ਵਿੱਚ ਜੀ ਰਹੇ ਨੇ ਰੋਟੀ ਵੀ ਖਾਂਦੇ ਨੇ ਰੋਟੀ ਖਾਂਦੇ ਆ ਵੀ ਚਿੰਤਾ ਵਿੱਚ ਰਾਤ ਨੂੰ ਸੁੱਤੇ ਨੇ ਡਰ ਕੇ ਉੱਠ ਜਾਂਦੇ ਨੇ ਰਾਤ ਨੂੰ ਕਈ ਵਾਰੀ ਨਿੰਦਰ ਦੀ ਗੋਲੀ ਖਾ ਕੇ ਸੌਣਾ ਪੈਂਦਾ ਹੈ ਇਸ ਤੋਂ ਵੱਡੀ ਪਰੇਸ਼ਾਨੀ ਹੋਰ ਕੀ ਹੈ ਇੱਥੇ ਜਿਉਂਦਿਆਂ ਹੀ ਮੌਤ ਹੈ ਇਸ ਕਰਕੇ ਸਹਿਬ ਜੀ ਮਹਾਰਾਜ ਕਹਿੰਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰੇਮ ਬੜਾ ਵੱਧਦਾ ਜਾਂਦਾ ਹੈ ਹਮੇਸ਼ਾ ਪ੍ਰੇਮ ਦੇ ਵਿੱਚ ਹੀ ਭਿੱਜੇ ਰਹਿੰਦੇ ਹਨ ਖਾਣ ਪਾਣ ਸੁਖ ਸੁਵਣ ਕਰਬ ਸਨੇ ਸਨੇ ਇਨ ਕੋ ਪਰਹਰਬ ਖਾਣ ਪੀਣ ਤੇ ਸੌਣ ਤੇ ਸੁਖ ਹੌਲੀ ਹੌਲੀ ਇਹ ਸਾਰੇ ਹੀ ਛੁੱਟ ਗਏ ਜਦੋਂ ਪ੍ਰੇਮ ਲੱਗ ਗਿਆ ਗੁਰੂ ਸਾਹਿਬ ਦੇ ਨਾਲ ਯਾਦ ਰੱਖਣਾ ਸਾਧ ਸੰਗਤ ਮਨੁੱਖ ਦਾ ਪ੍ਰੇਮ ਕਿਸੇ ਵੀ ਚੀਜ਼ ਨਾਲ ਜੁੜ ਜਾਏ ਜਿੱਧਰ ਵੀ ਜੁੜ ਜਾਏਗਾ ਉਸ ਚੀਜ਼ ਦੀ ਯਾਦ ਦੇ ਵਿੱਚ ਮਨੁੱਖ ਹੌਲੀ ਹੌਲੀ ਖਾਣਾ ਹੀ ਛੱਡ ਦੇਗਾ ਖਾਣਾ ਭੁੱਲ ਹੀ ਜਾਂਦਾ ਕਦੋਂ ਖਾਦਾ ਇਹ ਵੀ ਯਾਦ ਨਹੀਂ ਰਹਿੰਦਾ ਇਹ ਗੱਲ ਯਾਦ ਰੱਖਣਾ ਮਨੁੱਖ ਜਦੋਂ ਕਈ ਵਾਰੀ ਕੰਮ ਧੰਦਿਆਂ 'ਚ ਇੰਨਾ ਬੀਜੀ ਹੁੰਦਾ ਜਾਂਦਾ ਇੰਨਾ ਮਾਇਆ ਦੇ ਵਿੱਚ ਖੁੱਬ ਜਾਂਦਾ ਹੈ ਇਹ ਸਵੇਰੇ ਰੋਟੀ ਖਾਂਦਾ ਸ਼ਾਮੀ ਕਹਿੰਦਾ ਅੱਜ ਤੇ ਰੋਟੀ ਨਹੀਂ ਖਾਧੀ ਕਮਾਲ ਹੋ ਗਈ ਉਧਰੋਂ ਮਾਇਆ ਆਈ ਜਾ ਰਹੀ ਸੀ ਉਧਰੋਂ ਜੇਬ 'ਚ ਪਾਈ ਜਾ ਰਿਆ ਸੀ ਯਾਦ ਰਿਆ ਹੀ ਨਹੀਂ ਰੋਟੀ ਖਾਣੀ ਉਹ ਫਿਰ ਇਹਦਾ ਸ਼ਰੀਰ ਨੂੰ ਖਰਾਬ ਕਰਦੀ ਆ ਉਹ ਚੀਜ਼। ਕਈ ਵਾਰੀ ਮਨੁੱਖ ਮਾਇਆ ਦੇ ਵਿੱਚ ਇੰਨਾ ਖੁੱਬ ਜਾਂਦਾ ਹੈ ਇਸ ਨੂੰ ਪਤਾ ਹੀ ਨਹੀਂ ਰਹਿੰਦਾ ਰੋਟੀ ਖਾਣੀ ਹੈ ਕਿ ਨਹੀਂ ਖਾਣੀ। ਰੋਟੀ ਵੀ ਭੁੱਲ ਜਾਂਦਾ ਹੈ। ਫਿਰ ਕਈ ਵਾਰੀ ਐਸਾ ਖੁੱਬ ਜਾਂਦਾ ਹੈ ਮਾਇਆ ਦੀ ਚਿੰਤਾ ਦੇ ਵਿੱਚ ਹੀ ਰਾਤ ਨੂੰ ਨਿੰਦਰ ਵੀ ਆਉਣੀ ਬੰਦ ਹੋ ਜਾਂਦੀ ਹੈ। ਪ੍ਰੇਮ ਲੱਗ ਗਿਆ। ਪ੍ਰੇਮ ਕਿਤੇ ਵੀ ਲੱਗ ਜਾਏ ਨਿੰਦਰ ਵੀ ਖੋ ਲੈਂਦਾ ਹੈ, ਰੋਟੀ ਪਾਣੀ ਵੀ ਖੋ ਲੈਂਦਾ ਹੈ। ਇਸ ਕਰਕੇ ਮਹਾਰਾਜ ਬਾਣੀ ਦੇ ਵਿੱਚ ਵੀ ਕਹਿੰਦੇ ਨੇ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅੰਨ ਨਾ ਪਾਣੀ ਜਿਹੜਾ ਸ਼ਬਦ ਹੈ ਨਾ ਮਿਲ ਮੇਰੇ ਪ੍ਰੀਤਮਾ ਜੀਓ ਉਦਬੇਨ ਖਰੀ ਨਿਮਾਣੀ ਐਸਾ ਪ੍ਰੇਮ ਹੁੰਦਾ ਹੈ ਪ੍ਰੇਮ ਜਦੋਂ ਵੀ ਲੱਗਦਾ ਹੈ ਪ੍ਰੇਮ ਦੇ ਵਿੱਚ ਜਿਵੇਂ ਕਹਿੰਦੇ ਹਨ ਪ੍ਰੇਮ ਦੀ ਪਰਿਭਾਸ਼ਾ ਇੱਕ ਦਿਨ ਜਿਹੜੇ ਪਤੰਗੇ ਹੁੰਦੇ ਨੇ ਪਤੰਗੇ ਨੂੰ ਲਾਈਟ ਦੇ ਨਾਲ ਬੜਾ ਪ੍ਰੇਮ ਹੁੰਦਾ ਹੈ ਪਤੰਗਿਆਂ ਦੇ ਵਿੱਚ ਕੋਈ ਦੂਜਾ ਪਤੰਗਾ ਵੜ ਗਿਆ ਪੰਖ ਹੋਣਾ ਵਰਗੀ ਸੀ ਸਾਰੇ ਕਹਿੰਦੇ ਨੇ ਇਹ ਸਾਡੇ ਵਾਲਾ ਤੇ ਨਹੀਂ ਹੈ ਇਹਦੀ ਪਰਖ ਕਿਵੇਂ ਕਰੀਏ ਪ੍ਰੇਮੀ ਕਹਿੰਦੇ ਪਰਖ ਕਿਵੇਂ ਕਰੀਏ ਕਹਿੰਦੇ ਇਹਦੀ ਪਰਖ ਕਰ ਲੈਣੇ ਆ ਕਹਿੰਦੇ ਜਾ ਸਾਰੇ ਪਤੰਗੇ ਕਹਿੰਦੇ ਨੇ ਜਾ ਪਤਾ ਕਰਕੇ ਆ ਕਿ ਸ਼ਹਿਰ ਵਿੱਚ ਲਾਈਟਾਂ ਬਲ ਗਈਆਂ ਨੇ ਉਹ ਨਿਕਲਿਆ ਉੱਥੋਂ ਜਾ ਕੇ ਵਾਪਸ ਆ ਗਿਆ ਕਹਿੰਦੇ ਨਹੀਂ ਬਲੀਆਂ ਨਹੀਂ ਜਾ ਕੇ ਕਹਿੰਦਾ ਆ ਗਿਆ ਵਾਪਸ ਕਹਿੰਦੇ ਬਲ ਗਈਆਂ ਨੇ ਕਹਿੰਦੇ ਫੜ ਲਓ ਇਹਨੂੰ ਸਾਡੇ ਵਿੱਚੋਂ ਨਹੀਂ ਹੈ ਕਹਿੰਦੇ ਜੇ ਤੂੰ ਪਤੰਗਾ ਹੁੰਦਾ ਤੂੰ ਲਾਈਟ ਵੱਲ ਕੇ ਵਾਪਸ ਨਹੀਂ ਸੀ ਆਉਣਾ ਉਹ ਲਾਈਟ ਦੇ ਉੱਤੇ ਸੜ ਕੇ ਮਰ ਜਾਣਾ ਸੀ ਪਤੰਗੇ ਦੀ ਪਛਾਣੀ ਹੈ ਇਸ ਕਰਕੇ ਜਿਹੜੇ ਮਨੁੱਖ ਬੰਦਗੀ ਦੇ ਵਿੱਚ ਜੁੜ ਜਾਂਦੇ ਨੇ ਪ੍ਰੇਮ ਜਿੰਨਾ ਦਾ ਜੁੜ ਜਾਂਦਾ ਹੈ ਉਹ ਪਰਮਾਤਮਾ ਦੀ ਬੰਦਗੀ ਕਰਦਿਆਂ ਕਰਦਿਆਂ ਬੰਦਗੀ ਚੋਂ ਫਿਰ ਵਿਛੜਦੇ ਨਹੀਂ ਹਨ ਬੰਦਗੀ ਹੀ ਉਹਨਾਂ ਦਾ ਖਾਣਾ ਪੀਣਾ ਬਣ ਜਾਂਦੀ ਹੈ ਸਤਗੁਰ ਪਿਤਾ ਸੋ ਸਿਰ ਵਿਸਾਲ ਕਰੈ ਸਰਾਹਨਾ ਸਤਹੀ ਏਕਾਲ ਸਤਗੁਰ ਪਿਤਾ ਜੀ ਬਹੁਤ ਸੁਸ਼ੀਲ ਹਨ ਹੁਣ ਅੰਦਰੋਂ ਕੀ ਬੋਲੀ ਬੋਲਦੇ ਨੇ ਹਮੇਸ਼ਾ ਕਹਿੰਦੇ ਨੇ ਬੜੇ ਸੁਸ਼ੀਲ ਹਨ ਹਮੇਸ਼ਾ ਹੀ ਗੁਰੂ ਸਾਹਿਬ ਜੀ ਦੀ ਸ਼ਲਾਘਾ ਕਰਦੇ ਰਹਿੰਦੇ ਹਨ ਬੀਤ ਗਏ ਇਮ ਕੱਤਕ ਮਹੀਨੇ ਕਰਤ ਪਰੇਖਨ ਪ੍ਰੇਮ ਪਰਦੇ ਨੇ ਕਿੰਨੇ ਹੀ ਮਹੀਨੇ ਬੀਤ ਗਏ ਹਮੇਸ਼ਾ ਇਹੀ ਕਰਦੇ ਰਹਿੰਦੇ ਨੇ ਪਤਾ ਨਹੀਂ ਗੁਰੂ ਜੀ ਕਦੋਂ ਚਿੱਠੀ ਭੇਜਣਗੇ ਕਿਉਂਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰੀ ਕਿਨੈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਗੈ ਇਵੇਂ ਜਿਹੜੇ ਮਨੁੱਖ ਨੇ ਜਿਹੜੇ ਸਤ ਸੰਗ ਦੇ ਵਿੱਚ ਜੁੜਨਾ ਚਾਹੁੰਦੇ ਨੇ ਬੰਦਗੀ ਕਰਦੇ ਨੇ ਜਦੋਂ ਤਈ ਬੰਦਗੀ ਨਾ ਕਰ ਲੈਣ ਉਹਨਾਂ ਨੂੰ ਠੰਡ ਪੈਂਦੀ ਨਹੀਂ ਜਦੋਂ ਉਹਦਾ ਨਾਮ ਨਾ ਲੈ ਲੈਣ ਜਦੋਂ ਤਈ ਉਹਦੇ ਵਿੱਚ ਨਾ ਜੁੜ ਜਾਣ ਇਹ ਉਹਨਾਂ ਦੇ ਵਿੱਚ ਉਦਾਸੀ ਸ਼ੁਰੂ ਹੋ ਜਾਂਦੀ ਹੈ ਮਨੁੱਖ ਦਾ ਮਨ ਜਿਹੜੀ ਚੀਜ਼ ਲਈ ਲੋਚਦਾ ਹੈ ਫਿਰ ਪੂਰਾ ਹੀ ਲੋਚਦਾ ਜਦੋਂ ਤਈ ਉਹ ਲੋਚ ਪੂਰੀ ਨਹੀਂ ਹੁੰਦੀ ਜਦੋਂ ਤਈ ਉਹ ਲੋਚ ਪੂਰੀ ਨਹੀਂ ਹੋਏਗੀ ਉਹ ਜ਼ਰੂਰਤ ਪੂਰੀ ਨਹੀਂ ਹੋਏਗੀ ਉਦੋਂ ਤੇ ਮਨੁੱਖ ਹਮੇਸ਼ਾ ਵਿਛੋੜੇ ਦੇ ਵਿੱਚ ਹਮੇਸ਼ਾ ਉਸ ਚੀਜ਼ ਦੇ ਵਿਛੋੜੇ ਦੇ ਵਿੱਚ ਤੜਫਦਾ ਹੀ ਰਹਿੰਦਾ ਹੈ ਮਹਾਰਾਜ ਬਾਣੀ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਕਹਿੰਦੇ ਇਸ ਕਰਕੇ ਮਨੁੱਖ ਜਿਹੜਾ ਵਿਛੋੜਾ ਹੈ ਵੀ ਛੋੜਾ ਵੱਡਾ ਵੱਡਾ ਦੁੱਖ ਹੈ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਵਿਛੋੜੇ ਦਾ ਜਿਹੜਾ ਦੁੱਖ ਹੈ ਬੜਾ ਵੱਡਾ ਦੁੱਖ ਹੈ ਇਸ ਕਰਕੇ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ ਤੇਰੇ ਤੋਂ ਅਸੀਂ ਵਿਛੜੇ ਹੋਏ ਆ ਆਪਣੇ ਕਰਮਾਂ ਕਰਕੇ ਔਰ ਪਤਾ ਨਹੀਂ ਕਦੋਂ ਦੇ ਵਿਛੜੇ ਹੋਏ ਆ ਇਹ ਵੀ ਯਾਦ ਨਹੀਂ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਟ 10 ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਐਵੇਂ ਨਹੀਂ ਪਤਾ ਲੱਗਿਆ ਉਹਦੇ ਵਿਛੋੜਾ ਕਦੋਂ ਪਤਾ ਲੱਗਿਆ ਪਹਿਲਾਂ ਮਨੁੱਖ ਖਾਣ ਪੀਣ ਦੇ ਵਿੱਚ ਖਾ ਪੀ ਕੇ ਵੇਖਿਆ ਜਿਵੇਂ ਮਹਾਤਮਾ ਬੁੱਧ ਸੀ ਰਾਜੇ ਦੇ ਪੁੱਤਰ ਸਨ ਸਾਰਾ ਕੁਝ ਹੀ ਵੇਖ ਲਿਆ ਇੱਕ ਦਿਨ ਸਾਰਾ ਕੁਝ ਖਾ ਪੀ ਕੇ ਮਨੁੱਖ ਦਾ ਜਦੋਂ ਮਨ ਬਰੀਕ ਹੋ ਜਾਂਦਾ ਹੈ ਨਾ ਬੰਦਗੀ ਕਰ ਕਰਕੇ ਫਿਰ ਹਰੇਕ ਚੀਜ਼ ਉਹਨੂੰ ਸਿੱਖਿਆ ਦੇ ਕੇ ਜਾਂਦੀ ਹੈ ਹਰੇਕ ਚੀਜ਼ ਜਦੋਂ ਮਨੁੱਖ ਹੌਲੀ ਹੌਲੀ ਬੰਦਗੀ ਕਰਕੇ ਆਪਣੇ ਮਾਨਸਿਕ ਪੱਧਰ ਨੂੰ ਬਰੀਕ ਕਰ ਲੈਂਦਾ ਹੈ ਨਾ ਗੰਭੀਰ ਹੋ ਜਾਂਦਾ ਹੈ ਸਿੱਧੇ ਸ਼ਬਦਾਂ 'ਚ ਕਹੀਏ ਫਿਰ ਹਰੇਕ ਚੀਜ਼ ਤੋਂ ਸਿੱਖਿਆ ਲੈਣਾ ਸ਼ੁਰੂ ਕਰ ਦਿੰਦਾ ਹੈ ਮਹਾਤਮਾ ਬੁੱਧ ਕਹਿੰਦਾ ਹੈ ਇੱਕ ਦਿਨ ਜਾ ਰਹੇ ਸੀ ਰੱਥ ਤੇ ਬੈਠੇ ਹੋਏ ਅੱਗੇ ਸਾਰਥੀ ਹੈ ਇੱਕ ਬਜ਼ੁਰਗ ਜਾ ਰਿਹਾ ਉਹਦੀ ਕਮਰ ਜਿਹੜੀ ਕੁੱਬੀ ਹੈ ਕਹਿੰਦਾ ਇਹ ਕੀ ਹੈ ਕਹਿੰਦੇ ਬਜ਼ੁਰਗ ਅਵਸਥਾ ਹੈ ਕਹਿੰਦੇ ਮੈਂ ਵੀ ਤੇ ਐਵੇਂ ਹੋਵਾਂਗਾ ਯਾਦ ਆ ਗਿਆ ਨਾਲੋਂ ਆਪਣੇ ਆਪ ਕਿਉਂਕਿ ਜਦੋਂ ਮਾਨਸਿਕ ਪੱਧਰ ਬਰੀਕ ਹੋ ਗਿਆ ਮੈਂ ਵੀ ਐਵੇਂ ਹੋਣਾ ਅੱਗੇ ਜਾ ਰਹੇ ਨੇ ਇੱਕ ਮਰਦਾ ਵੇਖ ਲਿਆ ਇਹ ਕੀ ਹੈ ਕਹਿੰਦੇ ਮਨੁੱਖ ਮਰ ਜਾਂਦਾ ਫਿਰ ਜਾਣਾ ਪੈਂਦਾ ਕਹਿੰਦੇ ਮੈਂ ਵੀ ਮਰਾਂਗਾ ਸਭ ਨੂੰ ਮਰਨਾ ਪੈਣਾ ਉਸ ਦਿਨ ਹੀ ਮੰਨਵੇਂ ਧਾਰ ਲਿਆ ਮਨਾ ਹੁਣ ਉਸ ਜੀਵਨ ਦੀ ਖੋਜ ਕਰ ਜਿੱਥੇ ਮਰਨ ਦਾ ਡਰ ਹੀ ਨਾ ਹੋਵੇ ਉਸ ਦਿਨ ਹੀ ਛੱਡ ਦਿੱਤਾ ਰਾਜਪਾਲ ਸਾਧ ਸੰਗਤ ਉਸ ਦਿਨ ਮਨੁੱਖ ਛੱਡੇਗਾ আসਕਤੀ ਜਿਹੜੀ ਹੈ ਮਨੁੱਖ ਦੀ ਮਾਇਆ ਦੇ ਨਾਲ ਜਿਹੜਾ ਪ੍ਰੇਮ ਹੈ ਗੁਰੂ ਦੇ ਨਾਲ ਗੁਰੂ ਦੇ ਆ ਸ਼ਬਦਾਂ ਨਾਲ ਪ੍ਰੇਮ ਉਦੋਂ ਬਣੇਗਾ ਜਦੋਂ ਆ ਪਦਾਰਥਾਂ ਤੋਂ ਪ੍ਰੇਮ ਟੁੱਟੇਗਾ ਪਰਿਵਾਰ ਤੋਂ ਪ੍ਰੇਮ ਟੁੱਟਦਾ ਸਮਝ ਲੱਗ ਜਾਂਦੀ ਹੈ ਪਰਿਵਾਰ ਦੀ ਕਿੰਨੀ ਵੈਲਿਊ ਹੈ ਪਦਾਰਥਾਂ ਦੀ ਕਿੰਨੀ ਵੈਲਿਊ ਹੈ ਕਿੰਨੇ ਜ਼ਰੂਰੀ ਨੇ ਜਦੋਂ ਤੇ ਇਹਨਾਂ ਵਿੱਚ ਪ੍ਰੇਮ ਜੁੜਿਆ ਤੇ ਮਨ ਨੂੰ ਕਹੀ ਜਾਂਦਾ ਮੈਨੂੰ ਪ੍ਰਮਾਤਮਾ ਤੇ ਬੜਾ ਵਿਸ਼ਵਾਸ ਹੈ ਨਹੀਂ ਝੂਠ ਬੋਲਦਾ ਗੁਰੂ ਤੇ ਬੜਾ ਵਿਸ਼ਵਾਸ ਦਾ ਮਤਲਬ ਕੀ ਹੁੰਦਾ ਹੈ ਉਹਦੇ ਬਚਨਾਂ ਤੇ ਵਿਸ਼ਵਾਸ ਤੇ ਵਿਸ਼ਵਾਸ ਉਦੋਂ ਤੇ ਨਹੀਂ ਹੁੰਦਾ ਜਦੋਂ ਤੇ ਅਨੁਭਵ ਨਾ ਹੋਏ ਮਨੁੱਖ ਨੂੰ ਜਦੋਂ ਤੇ ਦਿਲ ਆਪਾਂ ਜਿਹਨੂੰ ਅਹਿਦਦਾ ਕਹਿੰਨੇ ਆ ਹਿਰਦੇ ਦਾ ਮਤਲਬ ਹੁੰਦਾ ਅਨੁਭਵ ਉਦੋਂ ਤੇ ਵਿਸ਼ਵਾਸ ਨਹੀਂ ਬਣਦਾ ਜਦੋਂ ਤੇ ਅਨੁਭਵ ਨਾ ਹੋਏ ਉਦੋਂ ਤੇ ਕਿਵੇਂ ਬਣੇਗਾ ਵਿਸ਼ਵਾਸ ਮਹਾਰਾਜ ਕਹਿੰਦੇ ਨੇ ਦੁਨੀਆ ਦੇ ਵਿੱਚ ਲੋਕ ਕੀ ਕਰਦੇ ਨੇ ਕਹਿੰਦੇ ਨੇ ਪ੍ਰਮਾਤਮਾ ਬੜਾ ਵੱਡਾ ਹੈ ਪਤਾ ਕਿੱਥੋਂ ਲੱਗਿਆ ਭਾਈ ਕਹਿੰਦੇ ਸੁਣ ਵੱਡਾ ਆਖਿਆ ਸਭ ਕੋਏ ਬਸਕੀਨ ਜੀ ਕਹਿੰਦੇ ਹੁੰਦੇ ਨੇ ਕਹਿੰਦੇ ਕਿ ਬੀਬੀ ਮੈਨੂੰ ਕਹਿੰਦੀ ਹੈ ਕਹਿੰਦੇ ਫਲਾਣੇ ਸੰਤ ਜੀ ਨੇ ਬੜੇ ਬ੍ਰਹਮ ਗਿਆਨੀ ਨੇ ਮੈਨੂੰ ਵੀ ਸੱਚਖੰਡ ਦੇ ਦਰਸ਼ਨ ਕਰਾਏ ਨੇ ਇਹਨੇ ਮੈਂ ਹਰਾਨ ਹੋ ਗਿਆ ਕਹਿੰਦੇ ਉਸ ਤੋਂ ਬਾਅਦ ਮੈਂ ਉਹਨੂੰ ਪੁੱਛਿਆ ਤੂੰ ਮੈਨੂੰ ਇਹ ਤੇ ਦੱਸ ਤੂੰ ਕਿਹੜੀ ਕਸਵੱਟੀ ਤੇ ਮਾਪ ਡੰਡ ਲਾਇਆ ਵੀ ਉਹ ਬ੍ਰਹਮ ਗਿਆਨੀ ਨੇ ਤੈਨੂੰ ਕਿਵੇਂ ਪਤਾ ਹੈ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨਾ ਜਾਂ ਤੇ ਤੂੰ ਵੀ ਬ੍ਰਹਮ ਗਿਆਨੀ ਹੈ ਪਰ ਤੇ ਤੂੰ ਵੀ ਕਹੇ ਮੈਂ ਵੀ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਚੰਗੇ ਡਾਕਟਰ ਦੀ ਸਮਝ ਚੰਗੇ ਡਾਕਟਰ ਨੂੰ ਪਤਾ ਹੈ ਤੂੰ ਕੀ ਮੈਂ ਸਰਟੀਫਿਕੇਟ ਦੇ ਰਹੀ ਹਾਂ ਕਿਸੇ ਨੂੰ ਸੰਤ ਦਾ ਮਸਕੀਨ ਜੀ ਕਹਿੰਦੇ ਮਨੁੱਖ ਆਪਣੀ ਤਰਫ ਤੋਂ ਰੋਜ਼ ਸਰਟੀਫਿਕੇਟ ਵੰਡੀ ਜਾਂਦਾ ਕਿਸੇ ਨੂੰ ਕਹਿੰਦਾ ਇਹ ਤੇ ਚੋਰ ਹੈ ਇਹ ਤੇ ਲੜਾਕਾ ਹੈ ਇਹ ਤੇ ਡਾਕੂ ਹੈ ਇਹਨੂੰ ਜਿਹੜਾ ਇਹਨੂੰ ਠੀਕ ਨਹੀਂ ਲੱਗਦਾ ਉਹ ਚੋਰ ਹੋ ਜਾਂਦਾ ਹੈ ਜਿਹੜਾ ਇਹਨੂੰ ਠੀਕ ਨਹੀਂ ਲੱਗਦਾ ਉਹ ਪਖੰਡੀ ਹੋ ਜਾਂਦਾ ਜਿਹੜਾ ਇਹਨੂੰ ਚੰਗਾ ਲੱਗਦਾ ਉਹ ਚੰਗਾ ਹੋ ਜਾਂਦਾ ਬਸ ਇਹ ਇਹ ਸਰਟੀਫਿਕੇਟ ਹੈ ਮਨੁੱਖ ਕਿੱਥੋਂ ਪਤਾ ਕਰਦਾ ਹੈ ਮਨੁੱਖ ਮਾੜਾ ਹੈ ਕਿਹੜਾ ਜਿਹੜਾ ਇਹਦੇ ਕੰਮ ਦੇ ਵਿੱਚ ਵਿਗਨ ਪਾਏਗਾ ਉਹ ਮਾੜਾ ਹੈ ਮਨੁੱਖ ਮਾੜਾ ਕਰਮ ਕਰਨ ਲੱਗਿਆ ਤੇ ਕੋਈ ਮਨੁੱਖੇ ਨੂੰ ਕਹੇ ਇਹ ਨਹੀਂ ਕਰਨਾ ਬਸ ਜਿਹੜਾ ਇਹਦੇ ਵਿੱਚ ਲੱਤ ਅੜਾਏਗਾ ਉਹ ਮਾੜਾ ਹੋ ਜਾਏਗਾ ਉਸੇ ਦਿਨ ਹੀ ਉਹ ਘਰ ਦਾ ਪੁੱਤਰ ਵੀ ਹੋ ਸਕਦਾ ਹੈ ਉਹ ਘਰ ਦੀ ਧੀ ਵੀ ਹੋ ਸਕਦੀ ਹੈ ਜਿਹੜਾ ਮਨੁੱਖ ਵਿਗਨ ਪਾਏ ਇਸ ਦੇ ਹੰਕਾਰ ਦੇ ਵਿੱਚ ਮਨੁੱਖ ਦੇ ਲੋਭ ਦੇ ਵਿੱਚ ਮਨੁੱਖ ਦੇ ਕਾਮ ਦੇ ਵਿੱਚ ਜਿਹੜਾ ਵੀ ਮਨੁੱਖ ਵਿਗਨ ਪਾਏਗਾ ਇਹਨਾਂ ਤਿੰਨਾਂ ਦੇ ਵਿੱਚ ਉਹ ਇਹਦਾ ਵੈਰੀ ਹੋ ਜਾਂਦਾ ਇਸ ਕਰਕੇ ਮਨੁੱਖ ਨੇ ਸਰਟੀਫਿਕੇਟ ਆਪਣੇ ਕੋਲ ਹੀ ਰੱਖੇ ਹੋਏ ਨੇ ਰੋਜ਼ ਵੰਡੀ ਜਾਂਦਾ ਸਾਡੇ ਗਵਾਂਢੀ ਬੜੇ ਖਰਾਬ ਨੇ ਕਿਉਂ ਸਾਡੀ ਨਹੀਂ ਮੰਨਦੇ ਬਸ ਗੱਲ ਇੰਨੀ ਹੈ ਮੇਰੇ ਘਰ ਵਾਲੇ ਬੜੇ ਖਰਾਬ ਨੇ ਕਿਉਂ ਮੇਰੀ ਨਹੀਂ ਮੰਨਦੇ ਬਸ ਮਨੁੱਖ ਦੀ ਜਿਹੜੀ ਇੱਛਾ ਹੈ ਏ ਚੰਗਾ ਨਹੀਂ ਹੈ ਉਹ ਮਾੜਾ ਹੈ ਉਹ ਚੰਗਾ ਨਹੀਂ ਉਹ ਮਾੜਾ ਚੰਗਾ ਕੋਈ ਵੀ ਨਹੀਂ ਹੈ ਦੁਨੀਆ ਆਪਣਾ ਆਪ ਹੀ ਚੰਗਾ ਲੱਗਦਾ ਮਨੁੱਖ ਨੂੰ ਬਾਕੀ ਸਾਰੀ ਦੁਨੀਆ ਮਾੜੀ ਲੱਗਦੀ ਹੈ ਜਦੋਂ ਤਈ ਮਨੁੱਖ ਪਦਾਰਥਾਂ ਵਿੱਚ ਜੁੜਿਆ ਹੈ ਇਹਦੇ ਲਈ ਆਪਣਾ ਆਪ ਚੰਗਾ ਹੈ ਸਾਰੀ ਦੁਨੀਆ ਮਾੜੀ ਹੈ ਜਿਸ ਦਿਨੇ ਪ੍ਰਮਾਤਮਾ ਨਾਲ ਜੁੜ ਜਾਏਗਾ ਸਾਰੀ ਦੁਨੀਆ ਹੀ ਚੰਗੀ ਲੱਗ ਜਾਏਗੀ ਆਪਣੇ ਆਪ ਨੂੰ ਮਾੜਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਅਸੀਂ ਸਭ ਤੋਂ ਮਾੜੇ ਹਾਂ ਸਾਰੇ ਹੀ ਚੰਗੇ ਨੇ ਗੱਲ ਹੀ ਮਕਾਦੇ ਇਹ ਕਹਿਣਾ ਹੀ ਨਹੀਂ ਮੈਂ ਚੰਗਾ ਹਾਂ ਮੈਂ ਹੀ ਸਭ ਤੋਂ ਮਾੜਾ ਹਾਂ ਸਾਰੀ ਦੁਨੀਆ ਹੀ ਠੀਕ ਹੈ ਇਸ ਕਰਕੇ ਕਹਿੰਦੇ ਹਨ ਗੁਰੂ ਸਾਹਿਬ ਦੇ ਵਿੱਚ ਜਿਹੜਾ ਰੋਜ਼-ਰੋਜ਼ ਪਰਮਾਤਮਾ ਦਾ ਗੁਰੂ ਸਾਹਿਬ ਜੀ ਦਾ ਵਿਖਿਆਨ ਕਰਦੇ ਨੇ ਗੁਰੂ ਅਰਜਨ ਸਾਹਿਬ ਜੀ ਹਮੇਸ਼ਾ ਉਹਨਾਂ ਦੇ ਵਿੱਚ ਪ੍ਰੇਮ ਵਧ ਹੀ ਜਾਂਦਾ ਹੈ RAMDAS SRI SATGURU PITA NAMOT BAROPAR KHAN JIKAA SRI GURU RAMDAS MAHARAJ JI NE OHNA NU PARKHAN DE LI ਉਹਨਾਂ ਨੂੰ ਯਾਦ ਹੀ ਨਾ ਕੀਤਾ ਯਾਦ ਦੇ ਵਿੱਚ ਤੇ ਹੈਗੇ ਨੇ ਜਿਨ੍ਹਾਂ ਨਾਲ ਪ੍ਰੇਮ ਕਰੀਏ ਯਾਦ ਤੇ ਹੁੰਦਾ ਜਿਵੇਂ ਕੁਮਾਰ ਹੁੰਦਾ ਹੈ ਨਾ ਕੁਮਾਰ ਕੀ ਕਰਦਾ ਹੈ ਜਦੋਂ ਭਾਂਡੇ ਬਣਾਉਂਦਾ ਅੰਦਰ ਹੱਥ ਰੱਖ ਲੈਂਦਾ ਬਾਹਰੋਂ ਸੱਟ ਮਾਰਦਾ ਜਿਹੜੇ ਮਨੁੱਖ ਗੁਰੂ ਸਾਹਿਬ ਮਨੁੱਖ ਨੂੰ ਜਦੋਂ ਉਤਾਰਨਾ ਚਾਹੁੰਦੇ ਨੇ ਮਨੁੱਖ ਦਾ ਭਲਾ ਕਰਨਾ ਚਾਹੁੰਦੇ ਨੇ ਇਹ ਬਾਹਰੋਂ ਅੰਦਰੋਂ ਹੱਥ ਪਾ ਲੈਂਦੇ ਨੇ ਬਾਹਰੋਂ ਸੱਟ ਮਾਰਦੇ ਨੇ ਟੁੱਟਣ ਵੀ ਨਹੀਂ ਦਿੰਦੇ ਤੇ ਬਚਾ ਕੇ ਵੀ ਰੱਖਦੇ ਨੇ ਇਸ ਕਰਕੇ ਨੇ ਗੁਰੂ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਪਰਖ ਰਹੇ ਹਨ ਤਿਰਥਿਆ ਰਹੇ ਪਾਸ ਇਸ ਵਿੰਦਪੈ ਜਾਣਾ ਬੜੋ ਆਪਕੋ ਮਨ ਮੈਂ ਬਾਬਾ ਪ੍ਰਿਥੀਆ ਜੀ ਕੋਲ ਹੀ ਰਹਿੰਦੇ ਨੇ ਦਿਨ ਰਾਤ ਉੱਥੇ ਹੀ ਰਹਿੰਦੇ ਤੇ ਆਪਣੇ ਆਪ ਨੂੰ ਮਨ ਵਿੱਚ ਬੜਾ ਹੀ ਵੱਡਾ ਸਮਝਦੇ ਹਨ ਪਿਤ ਪਾਸ ਮੈਂ ਲੈ ਗੁਰਗਾ ਦੇ ਕਰੋ ਸਦਾ ਮਨਾ ਭਾਵ ਤੇ ਸ਼ਾਦੇ ਮਨ ਵਿੱਚ ਸੋਚਦੇ ਨੇ ਗੁਰੂ ਜੀ ਚਲੇ ਜਾਣਗੇ ਮੈਂ ਗੱਦੀ ਲਾ ਲਵਾਂ ਸਾਤ ਸੰਗ ਜਦੋਂ ਮਨੁੱਖ ਦਾ ਲਾਲਚ ਹੋ ਜਾਂਦਾ ਹੈ ਨਾ ਲਾਲਚ ਬਹੁਤ ਜ਼ਿਆਦਾ ਵੱਧ ਜਾਏ ਫਿਰ ਮਨੁੱਖ ਜਿਹੜਾ ਜਿਉਂਦੇ ਜੀ ਹੀ ਸੋਚਦਾ ਕਿ ਤੇ ਪਿਤਾ ਜੀ ਚਲੇ ਹੀ ਜਾਣ ਤੇ ਠੀਕ ਹੈ ਲਾਲਚ ਇੱਥੋਂ ਤਾਈ ਵੱਧ ਜਾਂਦਾ ਮਨੁੱਖ ਜਦੋਂ ਤੇ ਲਾਲਚ ਮਨੁੱਖ ਦਾ ਵੱਧ ਜਾਂਦਾ ਹੈ ਕਈ ਵਾਰ ਕਿਹਾ ਜਾਂਦਾ ਉਹ ਮਾਂ ਬਾਪ ਨੇ ਕਿਹੜਾ ਸਦਾ ਬੈਠੇ ਰਹਿਣਾ ਐਵੇਂ ਕਹਿਣ ਲੱਗ ਜਾਂਦਾ ਉਹ ਇਹਨਾਂ ਨੇ ਕਿਹੜਾ ਸਦਾ ਬੈਠੇ ਰਹਿਣਾ ਇੱਥੋਂ ਤਾਈ ਦੀ ਮਨੁੱਖ ਦੀ ਸੋਚ ਹੋ ਜਾਂਦੀ ਹੈ ਇਹ ਨਹੀਂ ਪਤਾ ਇਹ ਤੇ ਸਦਾ ਨਹੀਂ ਰਹਿਣਗੇ ਤੇ ਤੂੰ ਕਿਹੜਾ ਸਦਾ ਰਹਿਣਾ ਹੈ ਅਗਲੀ ਗੱਲ ਕਹਿੰਦੇ ਔਰੰਗਜ਼ੇਬ ਸੀ ਨਾ ਜਿਹੜਾ ਇੱਥੋਂ ਤੋਂ ਹੀ ਵੱਧ ਗਿਆ ਸੀ ਇੱਕ ਦਿਨ ਮਸਜਿਦ ਦੇ ਵਿੱਚ ਉਹਦਾ ਪਿਤਾ ਸ਼ਾਹਜਾਹ ਮੱਥਾ ਟੇਕਣ ਲਈ ਗਿਆ ਮਸਜਿਦ ਦੀ ਜਿਹੜੀ ਛੱਤ ਸੀ ਨਾ ਉਹ ਢਿੱਲੀ ਸੀ ਥੋੜੀ ਜਿਹੀ ਔਰੰਗਜ਼ੇਬ ਛੋਟੀ ਉਮਰ ਦਾ ਸੀ ਅੰਦਰ ਨਹੀਂ ਗਿਆ ਕਹਿੰਦੇ ਜਾਂਦਾ ਕਿਉਂ ਨਹੀਂ ਕਹਿੰਦੇ ਮੈਂ ਤਾਂ ਨਹੀਂ ਜਾ ਰਿਹਾ ਪਿਤਾ ਜੀ ਗਏ ਨੇ ਛੱਤ ਡਿੱਗ ਜਾਏਗੀ ਇਹ ਮਰ ਜਾਣਗੇ ਰਾਜ ਮੈਂ ਲੈ ਲਵਾਂ ਇੱਥੇ ਸ਼ੁਰੂ ਜੰਮਦੇ ਹੀ ਇਹ ਸੋਚ ਉਹਦੀ ਕਿੰਨੇ ਮੈਂ ਤਾਂ ਨਹੀਂ ਜਾ ਰਿਹਾ ਮੈਂ ਛੱਤ ਵੇਖ ਲਈ ਐ ਛੱਤ ਢਿੱਲੀ ਐ ਡਿੱਗ ਜਾਏਗੀ ਇਹ ਮਰ ਜਾਣਗੇ ਤੇ ਮੈਂ ਗੱਡੀ ਲਾ ਲਵਾਂ ਜਦੋਂ ਮਨੁੱਖ ਦਾ ਲੋਭ ਵੱਧ ਆ ਨਾ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ ਸਿਰਫ ਮਨੁੱਖ ਨੂੰ ਲੋਭ ਚਾਹੀਦਾ ਉਹਦੇ ਵਾਸਤੇ ਉਹਨੂੰ ਕੋਈ ਵੀ ਹੱਤਕੰਡਾ ਪਣਾਉਣਾ ਪਏ ਮਨੁੱਖ ਕਦੇ ਵੀ ਗੁਰੇਜ਼ ਨਹੀਂ ਕਰਦਾ ਹੈ ਮਰੇ ਘਰ ਮੈਂ ਸਭ ਵਡਿਆਏ ਲੋਕ ਹਜ਼ਾਰੋਂ ਪਰਦੇ ਪਾਈ ਕਹਿੰਦੇ ਸਾਡੇ ਘਰ ਦੇ ਵਿੱਚ ਤੇ ਵਡਿਆਈ ਸਦਾ ਹੀ ਬਣੀ ਰਹਿੰਦੀ ਹੈ ਹਜ਼ਾਰਾਂ ਹੀ ਲੋਕ ਸਾਡੇ ਘਰ ਵਿੱਚ ਆ ਕੇ ਮੱਥਾ ਟੇਕਦੇ ਹਨ ਜਾਨ ਬਸੋ ਆਵਤ ਨਿਪਟ ਜਿਆਏ ਸਰਬ ਰੇਤੇ ਉਰਾਨ ਭਾਰੇ ਜਿੰਨੀ ਮਾਇਆ ਆਉਂਦੀ ਹੈ ਗੁਰੂ ਘਰ ਦੇ ਵਿੱਚ ਥੋੜਾ ਜਿਹਾ ਪੈਸਾ ਆਪ ਲਘੋ ਲੈਂਦਾ ਹੁਣ ਜਿਵੇਂ ਜਿਵੇਂ ਮਾਇਆ ਲੁਕੋਂਦਾ ਜਾਏਗਾ ਉਹ ਮਾਇਆ ਕੁਛ ਨਾ ਕੁਝ ਤੇ ਗੜਬੜ ਕਰੇਗੀ ਸਾਧ ਸਿੰਘ ਦੀ ਗੱਲ ਯਾਦ ਰੱਖਣਾ ਜਿਹੜਾ ਮਨੁੱਖ ਐਸਾ ਕੰਮ ਕਰਦਾ ਭਾਵੇਂ ਸਾਰਾ ਪਰਿਵਾਰ ਇਕੱਠਾ ਹੈ ਤੇ ਉਹਦੇ ਕੋਲ ਜ਼ਿੰਮੇਵਾਰੀ ਹੈ ਤੇ ਵਿੱਚੋਂ ਮਾਇਆ ਲੁਕੋਂਦਾ ਇੱਕ ਤੇ ਬਹੁਤਾ ਚਲਾਕ ਹੋਏਗਾ ਲੋਭੀ ਤੇ ਹੈਗਾ ਹੀ ਤਾਂ ਹੀ ਤੇ ਲਕੋ ਰਿਆ ਤੀਜੀ ਗੱਲ ਕਰੋਧੀ ਬੜਾ ਹੋਏਗਾ ਮਾੜੀ ਮਾੜੀ ਗੱਲ ਤੇ ਕਰੋਧ ਕਰੇਗਾ ਕ੍ਰੋਧੀ ਹੋਏਗਾ ਹੰਕਾਰੀ ਹੋਏਗਾ ਔਰ ਇੱਕ ਗੱਲ ਹੋਰ ਰੋਜ਼ ਰੋਜ਼ ਮਾਇਆ ਲਕੋਂਦਾ ਤੇ ਰਹੇਗਾ ਪਰ ਜਿੱਦਨ ਘੜਾ ਫੁੱਟਦਾ ਐ ਐਸੇ ਦੁੱਖਾਂ ਦਾ ਪਹਾੜ ਟੁੱਟਦਾ ਐ ਰੱਖਦੇ ਯਾਦ ਆ ਕਈ ਵਾਰੀ ਤੇ ਸਾਹਮਣੇ ਹੀ ਮਿਲ ਜਾਂਦੀ ਐ ਸਦਾ ਕਈ ਵਾਰੀ ਨਹੀਂ ਮਿਲ ਕਈ ਵਾਰੀ ਮਿਲਦੀ ਤੇ ਹੈ ਕਈ ਵਾਰੀ ਅੱਗੇ ਪਰਿਵਾਰ ਨੂੰ ਭੁਗਤਣੀ ਪੈਂਦੀ ਐ ਕਿਉਂਕਿ ਮਾਇਆ ਉਹ ਮਾੜੀ ਖਵਾਰੇ ਆ ਉਹਨਾਂ ਨੂੰ ਇਸ ਕਰਕੇ ਕਹਿੰਦੇ ਹਨ ਛੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਰੱਬ ਦਾ ਨਾ ਯਾਦਰਾ ਜਿੰਨਾ ਰੱਬ ਦਾ ਨਾਮ ਲੈ ਲੇਗਾ ਉਹੀ ਤੇਰੇ ਨਾਲ ਨਿਭਣਾ ਔਰ ਕੁਛ ਨਹੀਂ ਨਿਭਣਾ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਕਬੀਰ ਕੀਚੜ ਆਟਾ ਗਿਰ ਪਰਿਆ ਕਿਛੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭੇ ਹਾ ਸਾਥ ਕਹਿੰਦੇ ਹਨ ਕਬੀਰ ਜੀ ਕਹਿੰਦੇ ਕਿੰਨੇ ਇੱਕ ਦਿਨ ਇੱਕ ਮਾਈ ਆਟਾ ਪੀਸ ਰਹੀ ਸੀ ਪਹਿਲਾਂ ਚੱਕੀਆਂ ਨਹੀਂ ਸੀ ਉਹਨਾਂ ਹੱਥਾਂ ਨਾਲ ਹੀ ਪੀਸਦੇ ਸੀ ਕਹਿੰਦੇ ਪੀਸਦਿਆਂ ਪੀਸਦਿਆਂ ਨਾਲ ਖਾਈ ਜਾਏ ਕਹਿੰਦੇ ਮੈਂ ਸੋਚ ਰਿਹਾ ਮਾਈ ਕਿੱਡੀ ਪਾਗਲਾ ਨਾਲ ਨਾਲ ਤੇ ਆਟਾ ਪੀਸਰੀ ਨਾਲ ਨਾਲ ਖਾਈ ਜੋਠਾ ਕਰੀ ਜਾ ਰਹੀ ਹੈ ਕਿੰਨੇ ਮੈਂ ਵਿੰਦਾ ਰਿਹਾ ਉਹਨੇ ਆਟਾ ਪੀਸ ਪਾ ਕੇ ਸਿਰ ਤੇ ਰੱਖਿਆ ਪਹਿਲੇ ਸਮੇਂ ਅਜ ਗਲੀਆਂ ਦੇ ਵਿੱਚ ਵਾਹਣੀਆਂ ਨਹੀਂ ਸੀ ਹੁੰਦੀਆਂ ਘਰਾਂ ਦੇ ਫੱਟੀ ਰੱਖਿਆ ਉਹਨਾਂ ਛਾਲ ਮਾਰ ਕੇ ਕਿੰਜਾਂਦੇ ਹੁੰਦੇ ਘਰ ਦੇ ਅੰਦਰ ਅੱਗੋਂ ਪਾਣੀ ਚੱਲਦਾ ਰਹਿੰਦਾ ਸੀ ਘਰਾਂ ਦੇ ਐਸੇ ਹਾਲਾਤ ਅੱਜ ਵੀ ਸਾਡੇ ਦੇਸ਼ ਤੇ ਕਈ ਰਾਜਾਂ ਚ ਅੱਜ ਵੀ ਹੈਗੇ ਨੇ ਦਾਸ ਨੇ ਪਿੱਛੇ ਦਰਸ਼ਨ ਕੀਤੇ ਨੇ ਉੱਧਰ ਉੱਤਰਾਖੰਡ ਤੱਕ ਗਿਆ ਉੱਧਰ ਉਥੇ ਮੈਂ ਜਾ ਕੇ ਵੇਖਿਆ ਅਜੇ ਵੀ ਨਾਲੀਆਂ ਐਵੇਂ ਹੀ ਕਰਾਂਗੇ ਉਹ ਮੈਨੂੰ ਪੰਕਤੀ ਨਾਲ ਹੀ ਯਾਦ ਆ ਗਈ ਵੀ ਸ਼ਾਇਦ ਐਵੇਂ ਹੋਏਗਾ ਪਹਿਲਾਂ ਵੀ ਸੋ ਇਸ ਕਰਕੇ ਕੀ ਹੋਇਆ ਉਹ ਘਰ ਦੇ ਵਿੱਚ ਵੜਨ ਲੱਗੀ ਆਟਾ ਸਿਰ ਤੇ ਰੱਖਿਆ ਕਿਚੜ ਹੋਇਆ ਸੀ ਥੱਲੇ ਉਹਨੂੰ ਛਾਲ ਮਾਰ ਕੇ ਅੰਦਰ ਵੜਨ ਲੱਗੀ ਉਹ ਸਾਰੇ ਆਟਾ ਥੱਲੇ ਡਿੱਗ ਗਿਆ ਕਬੀਰ ਸਾਹਿਬ ਕਹਿੰਦੇ ਉਸ ਦਿਨ ਮੈਂ ਮੈਂ ਫਿਰ ਕੈਸਾ ਸੰਗਤ ਜਿਹੜੇ ਮਨੋ ਗੰਭੀਰ ਹੋ ਜਾਂਦੇ ਨੇ ਛੋਟੀਆਂ ਛੋਟੀਆਂ ਗੱਲਾਂ ਤੋਂ ਵੀ ਆਪਣੀ ਜ਼ਿੰਦਗੀ 'ਚ ਸਿੱਖਿਆ ਲੈਣਾ ਸ਼ੁਰੂ ਕਰ ਦਿੰਦੇ ਨੇ ਛੋਟੀ ਛੋਟੀ ਗੱਲ ਤੋਂ ਕਹਿੰਦੇ ਨੇ ਮੇਰੀ ਜ਼ਿੰਦਗੀ 'ਚ ਇਹ ਬਣਿਆ ਇਹ ਬਣਿਆ ਕਿਉਂ ਹੈ ਇਹ ਕੀ ਕਾਰਨ ਹੈ ਇਸ ਚੀ ਦਾ ਕਬੀਰ ਸਾਹਿਬ ਕਹਿੰਦੇ ਨਾਲ ਹੀ ਮੈਂ ਸੋਚਿਆ ਮਨਾ ਇਹੀ ਤੇ ਜ਼ਿੰਦਗੀ ਦਾ ਨਤੀਜਾ ਹੈ ਕਹਿੰਦੇ ਇਹਨੇ ਆਟਾ ਤੇ ਪਿਸਿਆ ਸੀ ਸ਼ਾਇਦ ਮੈਂ ਖਾਵਾਂਗੀ ਤੇ ਜ਼ਿੰਦਗੀ ਵਿੱਚ ਆਨੰਦ ਆਏਗਾ ਪਰ ਇਹਦੇ ਨਾਲ ਤੇ ਉਹੀ ਨਿਵੇਆ ਜਿਹੜਾ ਇਹਨੇ ਉਦੋਂ ਹੀ ਖਾ ਲਿਆ ਬਾਕੀ ਤੇ ਸਾਰੇ ਖਰਾਬ ਹੋ ਗਿਆ ਕਹਿੰਦੇ हे ਮਨੁੱਖ ਤੇਰੀ ਜ਼ਿੰਦਗੀ ਵੀ ਇਵੇਂ ਹੀ ਹੈ ਇਹ ਜ਼ਿੰਦਗੀ ਦੇ ਵਿੱਚ ਰਹਿੰਦੇ ਆ ਜਿੰਨੇ ਸਵਾਸਾਂ ਵਿੱਚ ਨਾਮ ਜਪ ਲੈਣਗਾ ਉਹ ਨਾਲ ਨਿਵਣਗੇ ਬਾਕੀ ਆਟਾ ਚਿਕੜ ਵਿੱਚ ਹੀ ਡਿੱਗ ਜਾਣਾ ਬਾਕੀ ਕਿਤੇ ਕੰਮ ਨਹੀਂ ਹੋਣਾ ਕਬੀਰ ਕੀਚੜ ਆਟਾ ਗਿਰ ਪਰਿਆ ਕਿຊੂ ਨਾ ਆਇਓ ਹੱਥ ਹੋਰ ਕੁਛ ਹੱਥ ਨਹੀਂ ਹੋਣਾ ਜਿੰਨੇ ਸਵਾਸ ਪ੍ਰਮਾਤਮਾ ਦੀ ਬੰਦਗੀ ਵਿੱਚ ਨਿਕਲ ਗਏ ਨੇ ਇਹ ਹੱਥ ਆਉਣਗੇ ਬਾਕੀ ਕੁਛ ਵੀ ਹੱਥ ਵਿੱਚ ਨਹੀਂ ਆਉਣਾ ਇਸ ਕਰਕੇ ਕਹਿੰਦੇ ਹਨ ਬਾਬਾ ਪ੍ਰਿਥੀ ਹਥੇ ਇਹ ਸੋਚਦਾ ਹੈ ਕਹਿੰਦੇ ਮੈਂ ਗੁਰੂ ਸਾਹਿਬ ਜੀ ਦਾ ਜਿਹੜਾ ਜਿੰਨਾ ਵੀ ਪੈਸਾ ਹੈ ਮੈਂ ਘਰ ਵਿੱਚ ਲੁਕੋ ਲਵਾਂਗਾ ਨਿਆਰਾ ਕਰ ਲਵਾਂਗਾ ਪਰ ਉਹਨੂੰ ਇਹ ਨਹੀਂ ਪਤਾ ਮੈਂ ਸਵਾਸੰਗ ਸਵੇਰੇ ਬੇਨਤੀ ਕਰ ਰਿਹਾ ਸਾਸੰਗ ਕਈ ਵਾਰੀ ਦੁਕਾਨਾਂ ਤੇ ਲਿਖਿਆ ਹੁੰਦਾ ਯੂ ਆਰ ਇਨ ਦੀ ਸਰਵੇਲੈਂਸ ਸਰਵੇਲੈਂਸ ਆਫ ਸੀਸੀਟੀ ਕੈਮਰਾਜ਼ ਪਰ ਇਹ ਕਹਿੰਦਾ ਯਾਦ ਰੱਖਿਓ ਹਰੇਕ ਮਨੁੱਖ ਕੈਮਰੇ ਦੀ ਨਿਗਾਹ ਵਿੱਚ ਹੈ ਕਿਹੜੀ ਪਰਮਾਤਮਾ ਦਾ ਕੈਮਰਾ ਉਹ ਤੋਂ ਮਨੁੱਖ ਨਹੀਂ ਬਚ ਸਕਦਾ ਬਾਕੀ ਸਾਰੇ ਕੈਮਰੇਜੋਂ ਬਚ ਜਾਂਦਾ ਮੈਂ ਯਾਦ ਆਂਦੇ ਕਿ ਕੋਈ ਪੌਟਾ ਸਾਹਿਬ ਦਰਸ਼ਨ ਕਰਨ ਲਈ ਗਏ ਉੱਥੇ ਇੱਕ ਲਾਈਨ ਲਿਖੀ ਸੀ ਬੜੀ ਸੋਹਣੀ ਅਜਾਇਬ ਘਰ ਦੇ ਵਿੱਚ ਇਸਨੇ ਬੜੀ ਸੋਹਣੀ ਲਾਈਨ ਲਿਖੀ ਕਹਿੰਦੇ ਐ ਰੱਬ ਦੀ ਚੱਕੀ ਚਲਦੀ ਤੇ ਹੌਲੀ-ਹੌਲੀ ਐ ਪਰ ਬਰੀਕ ਪੀਸਦੀ ਐ ਛੱਡਦੀ ਕੱਖ ਨਹੀਂ ਚਲਦੀ ਹੌਲੀ-ਹੌਲੀ ਐ ਗੱਲ ਇੰਨੀ ਐ ਬਸ ਰੱਬ ਦੀ ਚੱਕੀ ਚਲਦੀ ਹੌਲੀ-ਹੌਲੀ ਐ ਹਿਸਾਬ ਪੂਰਾ ਕਰਦੀ ਦਾਣਾ ਇੱਕ ਨਹੀਂ ਛੱਡਦੀ ਇਸ ਕਰਕੇ ਜਿਹੜੇ ਲੋਕ ਬੇਈਮਾਨੀ ਤੇ ਉਤਰ ਆਉਂਦੇ ਨੇ ਇਹਨੂੰ ਹਿਸਾਬ ਤੇ ਜ਼ਰੂਰ ਹੁੰਦਾ ਹੈ ਜਿਸ ਦਿਨ ਹੁੰਦਾ ਉਸ ਦਿਨ ਮਨੁੱਖ ਸੋਚਦਾ ਹੈ ਮੇਰੇ ਨਾਲ ਕੀ ਬਣ ਗਿਆ ਪਰ ਇਹਨੂੰ ਇਹ ਨਹੀਂ ਪਤਾ ਫਿਰ ਬੇਨਤੀ ਕਰਾ ਸਾਧ ਸੰਗਤ ਰੱਬ ਨੇ ਕਿਸੇ ਨਾਲ ਨਹੀਂ ਵੈਰ ਕਰਨਾ ਲੋਕੀ ਕਹਿੰਦੇ ਨੇ ਆਹ ਰੱਬ ਨੇ ਸਾਡੇ ਨਾਲ ਕੀ ਪਾਣਾ ਵਰਤਦਾ ਰੱਬ ਨੇ ਕਿਉਂ ਵੈਰ ਕਰਨਾ ਉਹ ਤੇ ਨਿਰਵੈਰ ਹੈ ਰੋਜ਼ ਤੇ ਪੜਦੇ ਆ ਮੂਲ ਮੰਤਰ ਨਿਰਵੈਰ ਉਹਨੂੰ ਵੈਰ ਥੋੜੀ ਨਾਲ ਸਾਡੇ ਨਾਲ ਮਹਾਰਾਜ ਕਹਿੰਦੇ ਨੇ ਰੱਬ ਦਾ ਤੇਰੇ ਨਾਲ ਵੈਰ ਨਹੀਂ ਹੈ हे ਮਨੁੱਖ ਆਪਣੇ ਆਪ ਦਾ ਤੂੰ ਖੁਦ ਵੈਰੀ ਹੈ ਰੱਬ ਕਿਉਂ ਵੈਰ ਕਰੇਗਾ ਤੇਰੇ ਨਾਲ ਉਹਨੂੰ ਇਹਨਾਂ ਟਾਈਮ ਹੀ ਨਹੀਂ ਆ ਤੇਰੇ ਕੱਲੇ ਨਾਲ ਵੈਰ ਕਰੇਗਾ ਐਡਾ ਵੱਡਾ ਪਰਮਾਤਮਾ ਹੈ ਤੇਰੇ ਨਾਲ ਵੈਰ ਕਰਕੇ ਉਹਨੇ ਕਰਨਾ ਵੀ ਕਿ ਤੂੰ ਕਿੱਡੀ ਵੱਡੀ ਹਸਤੀ ਹੈ ਬਈ ਮਹਾਰਾਜ ਜੀ ਨੇ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਕਿਸੇ ਨੂੰ ਦੋਸ਼ ਨਾ ਦੇ ਰੱਬ ਨੂੰ ਤੇ ਘਟੋ ਘਟ ਨਾ ਦੇਵੀ ਉਹ ਤੇ ਨਿਰਵੈਰ ਹੈ ਦਿਆਲ ਹੈ ਦਿਆਲੂ ਹੈ ਕਿਰਪਾਲੂ ਹੈ ਉਹ ਤੇ ਹੱਥੋਂ ਨੇ ਐਵੇਂ ਕੀਤੇ ਨੇ ਕਿਰਪਾ ਵੱਲ ਮਨੁੱਖ ਨੇ ਆਪਣੇ ਪਰਦੇ ਖੋਲਣੇ ਨੇ ਇਸ ਕਰਕੇ ਸਤਗੁਰੂ ਜੀ ਇਹ ਕਿਰਪਾ ਕਰਨ ਮਹਾਰਾਜ ਕਹਿੰਦੇ ਨੇ ਬਾਬਾ ਪ੍ਰੀਥੀਆ ਵੇਖੋ ਸੋਚਿਆ ਤਾਂ ਕੁਝ ਜਾਂਦਾ ਹੈ ਵੀ ਮੈਂ ਬੜਾ ਆਨੰਦ ਲਵਾਂਗਾ ਪੈਸਾ ਸਾਰਾ ਹੀ ਡੱਪ ਕਰ ਜਾਵਾਂਗਾ ਉਸ ਨੂੰ ਇਹ ਨਹੀਂ ਪਤਾ ਜ਼ਿੰਦਗੀ ਵਿੱਚ ਅੱਗੇ ਕੀ ਹੋਣ ਵਾਲਾ ਹੈ ਜ਼ਿੰਦਗੀ ਅੱਗੇ ਕਿਵੇਂ ਚੱਲਣੀ ਹੈ ਸੋ ਇਥੋਂ ਤਈ ਦੀ ਕਥਾ ਆਪਾਂ ਅੱਜ ਸਰਵਣ ਕਰਾਂਗੇ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਕੱਲ ਨੂੰ ਜਿਹੜੀ ਅਗਲੀ ਕਥਾ ਹੈ ਬਾਬਾ ਪ੍ਰੀਥੀਆ ਜੀ ਕੀ ਸੋਚਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਿਵੇਂ ਮਹਾਰਾਜ ਨੂੰ ਚਿੱਠੀ ਭੇਜਦੇ ਨੇ ਕਿਉਂਕਿ ਉਹ ਵੀ ਯਾਦ ਕਰ ਰਹੇ ਨੇ ਰੋਜ਼ ਰੋਜ਼ ਕੀ ਨੇ ਸੱਚੇ ਪਾਤਸ਼ਾਹ ਕੇ ਉਪਦੇਸ਼ ਦਿੰਦੇ ਨੇ ਇਹ ਕੱਲ ਦੀ ਸੰਗਤ ਵਿੱਚ ਅਥੀਕਾ ਕੱਲ ਕੱਲ ਨੂੰ 14 ਤਰੀਕ ਐ ਸਾਧ ਸੰਗਤ ਕੱਲ ਨੂੰ ਕਥਾ ਨਹੀਂ ਹੋਏਗੀ ਕੱਲ 14 ਨੂੰ ਤੇ 15 ਨੂੰ ਦੋ ਦਿਨ ਨਹੀਂ ਹੋਏਗੀ 16 ਤਰੀਕ ਨੂੰ ਸ਼ਾਮ ਨੂੰ 16 ਤਰੀਕ ਨੂੰ ਸ਼ਾਮ ਨੂੰ ਕੱਲ ਨੂੰ ਸਵੇਰੇ ਕਥਾ ਹੋਏਗੀ ਬਸ ਕੱਲ ਸ਼ਾਮੀ ਤੇ ਪਰਸੋਂ ਸ਼ਾਮ ਨੂੰ 14 ਤੇ 15 ਦੋ ਦਿਨ ਕਥਾ ਨਹੀਂ ਹੋਏਗੀ ਉਹ ਤਵਾਦ ਅਗਲੀ ਜਿਹੜੀ ਇਹ ਲੜੀ ਐ ਅਸੀਂ ਅੱਗੇ ਸ਼ੁਰੂ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਆਪਨੇ ਬੰਦਗੀ ਕਰੋ ਨਾਮ ਜਪਨਾ ਗੁਰੂ ਸਾਹਿਬ ਦਾ ਪ੍ਰਮਾਤਮਾ ਦੀ ਬੰਦਗੀ ਕਰਕੇ ਆਪਣੇ ਜੀਵਨ ਨੂੰ ਸਿੱਧੇ ਮਾਰਗ ਤੇ ਪਾਉਣਾ ਇਹੀ ਮਨੁੱਖ ਦਾ ਪਰਮ ਕਰਤਵਿਆ ਹੈ ਇਨੀਆਂ ਬੇਨਤੀਆਂ ਪਰਵਾਲ ਹੋਈ ਪੁਲਤਕ ਦੇ ਲਿਖੀਵਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ